ਤੁਸੀਂ ਦੇਖੋ ਸਾਡੀ ਬਾਰਡਰ ਬੈਲਟ ਤੇ ਕਿਸੇ ਨੂੰ ਇਹ ਕੀਰਤਨ ਦੇ ਬਾਰੇ ਪਤਾ ਸੀ? ਨਾ ਜੀ ਨਹੀਂ ਸਰ ਪਤਾ। ਉੱਥੇ ਕੀ ਚੱਲਦਾ? ਢੋਲਕੀਆਂ ਚੱਲਦੇ, ਵਾਰਾਂ ਚੱਲਦੀਆਂ, ਤੂੰਬੀਆਂ ਨਾਲ ਲੋਕੀ ਗਾਉਂਦੇ ਸੀ, ਸ਼ੇਰੇ ਸਿੱਖੀਆਂ ਗਾਉਂਦੇ ਸੀ। ਪਰ ਜਦੋਂ ਭਾਈ ਹਰਜਿੰਦਰ ਸਿੰਘ ਜੀ ਆਏ, ਉਸ ਵਕਤ ਮਾਰਕੀਟ ਦੇ ਵਿੱਚ ਕੈਸਟਾਂ ਧੜਾ ਧੜ ਚੱਲੀਆਂ ਤੇ ਨਾਲ ਹੀ ਬੱਚਿਆਂ ਨੇ ਕੀਰਤਨ ਸਿੱਖਣਾ ਸ਼ੁਰੂ ਕਰ ਦਿੱਤਾ। ਸਾਧ ਸੰਗਤ ਜੀ, ਤੁਹਾਡੀ ਕਚਹਿਰੀ 'ਚ ਹਾਜ਼ਰ ਹੋਏ ਹਾਂ ਮੈਂ ਤੇ ਮੇਰੇ ਵੀਰ ਗਿਆਨੀ ਜੀ, ਗਿਆਨੀ ਸਰਬਜੀਤ ਸਿੰਘ ਜੀ ਆਲਮਗੀਰ ਸਾਹਿਬ ਵਾਲੇ। ਬੜੀ ਜ਼ਰੂਰੀ ਕੋਈ ਗੱਲਬਾਤ ਕਰਨੀ ਤੁਹਾਡੇ ਨਾਲ। ਦੇਖੋ ਕਿ ਆਪਾਂ ਜਦੋਂ ਵੀ ਕੋਈ ਗੱਲ ਜ਼ਰੂਰੀ ਹੁੰਦੀ ਹੈ ਅਸੀਂ ਉਦੋਂ ਤੁਹਾਡੇ ਤੱਕ ਆਉਂਦੇ, ਉੱਦਾਂ ਨਹੀਂ ਅਸੀਂ ਆਈਦਾ, ਕਿਉਂਕਿ ਕਾਹਤੋਂ ਕਿਸੇ ਦਾ ਟਾਈਮ ਖਰਾਬ ਕਰਨਾ। ਅਤੇ ਪੰਥ ਦੇ ਮਹਾਨ ਵਿਦਵਾਨ ਨੇ ਮੇਰੇ ਨਾਲ, ਜਿਹਨਾਂ 'ਤੇ ਬੜੀ ਕਿਰਪਾ, ਔਰ ਮੇਰੇ ਇਲਾਕੇ ਦੇ ਵੀ ਨੇ, ਔਰ ਸੁਭਾਅ ਵੀ ਬਹੁਤ ਇਹਨਾਂ ਦਾ ਚੰਗਾ, ਮਿਲਣਸਾਰ, ਕਥਾ ਦੇ ਵਿੱਚ ਵੀ ਰਸ, ਗੁਰੂ ਦੇ ਦਰਸ਼ਨ ਕਰਾਉਂਦੇ ਨੇ ਕਥਾ ਦੇ ਵਿੱਚੋਂ ਹੀ, ਅਤੇ ਸੰਗਤਾਂ ਵੀ ਅਥਾਹ ਪਿਆਰ ਕਰਦੀਆਂ ਨੇ। ਗਿਆਨੀ ਜੀ, ਅੱਜ ਇੱਕ ਨਾ ਬੜੀ ਮੈਨੂੰ ਮੇਰੇ ਮਨ ਨੂੰ ਸੱਟ ਵੱਜੀ ਹੈ ਜੀ, ਜਿਹਦੇ ਵਿੱਚ ਭਾਈ ਹਰਜਿੰਦਰ ਸਿੰਘ ਜੀ, ਭਾਈ ਮਨਿੰਦਰ ਸਿੰਘ ਜੀ, ਚਲੋ ਇਹ ਤਾਂ ਦੋਨੇ ਭਰਾ ਨੇ ਨਾ, ਅਤੇ ਭਾਈ ਸਤਵਿੰਦਰ ਸਿੰਘ, ਭਾਈ ਰਵਿੰਦਰ ਸਿੰਘ ਜੀ, ਭਾਈ ਸਰਬਜੀਤ ਸਿੰਘ ਲਾਡੀ, ਇੱਕ ਮੁੰਡਾ ਚੰਡੀਗੜ੍ਹ ਤੋਂ ਨਵਾਂ, ਮੈਨੂੰ ਉਹਦੇ ਨਾਂ ਦਾ ਨਹੀਂ ਪਤਾ, ਭਾਈ ਕਮਲਜੀਤ ਸਿੰਘ ਜੀ, ਅਤੇ ਭਾਈ ਆਪਣੇ ਅਨੰਤਵੀਰ ਸਿੰਘ, ਭਾਈ ਓਂਕਾਰ ਸਿੰਘ, ਗੁਰਪ੍ਰੀਤ ਸਿੰਘ ਸਿਮਰੇ ਵਾਲੇ, ਅਤੇ ਭਾਈ ਹਰਚੰਦ ਸਿੰਘ ਜੀ ਖਾਲਸਾ, ਗਗਨ ਸਿੰਘ ਜੀ ਗੰਗਾਨਗਰ ਵਾਲੇ, ਭਾਈ ਜਗਿੰਦਰ ਸਿੰਘ ਰਿਆੜ, ਅਤੇ ਇੱਕ ਬਬੀਹਾ ਮੁੰਡਾ ਆ, ਭਾਈ ਜਸਵੀਰ ਸਿੰਘ ਪਾਂਡਾ ਸਾਹਿਬ, ਭਾਈ ਹਰਬੰਸ ਸਿੰਘ ਜੀ ਗਾਦਰੀ, ਭਾਈ ਦਨ ਸਿੰਘ ਸੋਢੀ, ਭਾਈ ਸਰਬਜੀਤ ਸਿੰਘ ਜੀ ਰੰਗੀਲਾ ਦੁਰਗ ਵਾਲੇ, ਅਤੇ ਸੰਤ ਅਨੂਪ ਸਿੰਘ ਜੀ, ਅਤੇ ਭਾਈ ਬਲਵਿੰਦਰ ਸਿੰਘ ਰੰਗੀਲਾ। ਵਾਹ ਜੀ ਵਾਹ, ਇਹ ਤੇ ਸਾਰੇ ਹੀ ਗੁਰੂ ਕੇ ਕੀਰਤਨੀ ਹੈ, ਬੜੇ ਨਾਮਵਰ ਕੀਰਤਨੀ ਹੈ। ਹਾਂ, ਬੜੇ ਲੰਬੇ ਸਮੇਂ ਤੋਂ ਗੁਰੂ ਘਰ ਦੀਆਂ ਸਵਾਨ ਵਾਰੇ ਨੇ। ਬਿਲਕੁਲ, ਤੇ ਇਹਦੇ ਚ ਲਿਖਿਆ ਕੀਰਤਨੀਏ ਬੇਨਾਮ ਭੇਟਾਵਾਂ ਗਾਉਣ ਵਾਲੇ, ਭੇਟਾਂ ਗਾਉਣ ਵਾਲੇ ਸ਼ੇਰ, ਮਤਲਬ ਕਿ ਜਿਹੜੇ ਜਗਰਾਤਿਆਂ 'ਚ ਭੇਟਾਂ ਗਾਉਂਦੇ ਨੇ ਉਹ ਨੇ। ਅੱਛਾ, ਇਹ ਜਿਹੜਾ ਕੋਈ ਮਤਲਬ ਕਿ ਪਾਇਆ ਆ, ਕੋਈ ਸੰਸਥਾ ਆ, ਹਨਾ, ਮੈਂ ਚਾਹੁੰਦਾ ਨੀ ਵੀ ਇਹਨਾਂ ਦਾ ਆਪਣੇ ਨਾਂ ਜ਼ਬਾਨ ਤੋਂ ਨਾ ਲੈਣ, ਤੁਸੀਂ ਆਪੇ ਲੈ ਦਿਓ। ਲੋਗੋ ਦੇ ਮੁਤਾਬਕ ਤਾਂ ਸਭ ਨੇ ਦੇਖਿਆ ਹੋਊਗਾ ਵੀ ਕੋਈ ਪਰਵਾਹ ਨਾ ਕਿਸੇ ਕਰੀ, ਤੇ ਬਾਲੂ ਕੀ ਲਿਖਿਆ ਇਹਨਾਂ ਨੇ, ਕਾਲੂ ਸੱਚੇ ਸ਼ਾਹ ਦਾ ਕੋਈ, ਚਲੋ ਕੋਈ ਵੀ ਹੋਵੇ, ਪਰ ਜੋ ਇਹਨਾਂ ਨੇ ਲਿਖਿਆ ਹੈ ਕਿ ਵੀ ਤਿੰਨ ਤਾਲ ਜਾਂ ਚਾਰ ਤਾਲ ਦੇ ਸ਼ਬਦ, ਦੇਖੋ ਜੀ ਭਾਈ ਰਵਿੰਦਰ ਸਿੰਘ ਜੀ, ਹਰਜਿੰਦਰ ਸਿੰਘ ਜੀ, ਜਿੰਨੇ ਵੀ ਗੁਰੂ ਕੇ ਕੀਰਤਨੀਏ ਨੇ, ਭਾਈ ਸਰਬਜੀਤ ਸਿੰਘ ਜੀ ਲਾਡੀ ਜੀ ਜਿਹੜੇ ਨੇ ਦਰਬਾਰ ਸਾਹਿਬ ਤੋਂ, ਹਾਂਜੀ ਹਾਂਜੀ, ਇਹ ਸਾਰੇ ਹੀ ਬਾਬਾ ਜੀ ਬਹੁਤ ਪਿਆਰਾ ਕੀਰਤਨ ਕਰਦੇ ਨੇ। ਬਿਲਕੁਲ, ਇਹ ਰਾਗਾਂ ਤੋਂ ਜਾਣੂ ਨੇ। ਬਿਲਕੁਲ, ਤੇ ਜਿੱਥੇ ਰਾਗਾਂ ਦੀ ਮੈਂ ਕਹਿੰਦਾ ਵੀ ਲੋੜ ਇਹਨਾਂ ਸਮਝੀ ਆ, ਉੱਥੇ ਇਹਨਾਂ ਰਾਗ ਵੀ ਗਾਏ ਨੇ। ਰਮਤਾ ਜਿੱਦਣ ਵੀ ਕੀਤੀ ਹੈ ਕੀਰਤਨ ਦੀ, ਰਾਗਾਂ ਦੇ ਨਾਲ ਕੀਤੀ। ਮੈਂ ਇੱਕ ਗੱਲ ਕਰਦਾ ਜਾਵਾਂ ਵੀ ਜਿਵੇਂ ਭਾਈ ਹਰਜਿੰਦਰ ਸਿੰਘ ਜੀ ਨੇ ਜੀ, ਉਹਨਾਂ ਨੇ ਜਦੋਂ ਮਾਰਕੀਟ ਚ ਗੱਲੀ ਜੋਗਨਾ ਹੋਈ ਕੈਸਟ ਲਾਂਚ ਕੀਤੀ ਜੀ, ਤੇ ਕਿੰਨਿਆਂ ਨੌਜਵਾਨਾਂ ਨੇ ਕੀਰਤਨ ਦੇ ਵਾਜੇ ਫੜ ਲਏ। ਬਿਲਕੁਲ, ਉਹਨਾਂ ਦੇ ਨਾਲ ਤਬਲੇ ਵਾਲੇ ਨੇ ਤਜਿੰਦਰਪਾਲ ਸਿੰਘ ਜੀ, ਜਿਹਨਾਂ ਨੂੰ ਪਾਲ ਕਰਕੇ ਆਪਾਂ ਬੋਲਦੇ ਸਾਡੇ ਵੀਰ ਜੀ, ਉਹਨਾਂ ਦੀ ਕਾਪੀ ਕੀਤੀ ਤਬਲਾ ਵਜਾਉਣ ਦੀ, ਕਈਆਂ ਬੱਚਿਆਂ ਨੇ ਵੀ ਆਪਾਂ ਵੀ ਇਹਨਾਂ ਵਰਗੇ ਬਣਨਾ, ਭਾਈ ਮਨਿੰਦਰ ਸਿੰਘ ਜੀ, ਭਾਈ ਹਰਜਿੰਦਰ ਸਿੰਘ ਦੇ ਛੋਟੇ ਭਰਾਤਾ ਜੀ, ਉਹਨਾਂ ਵਰਗੇ ਕਈ ਸਾਈਡ ਵਾਲੇ ਬਣੇ ਵੀ ਆਪਾਂ ਦੋਵਾਂ ਭਰਾਵਾਂ ਨੇ ਹੀ ਕੀਰਤਨ ਕਰਨਾ, ਤੇ ਭਾਈ ਮਨਿੰਦਰ ਸਿੰਘ ਜੀ ਬਣਨਾ, ਤੇ ਭਾਈ ਹਰਜਿੰਦਰ ਸਿੰਘ ਜੀ ਬਣਨਾ, ਤੇ ਭਾਈ ਤਜਿੰਦਰਪਾਲ ਸਿੰਘ ਜੀ ਪਾਲ ਜੀ ਬਣਨਾ ਸੀ। ਵੇਖੋ ਗਿਆਨੀ ਜੀ, ਅੱਜ ਘਰ ਘਰ ਦੇ ਵਿੱਚ ਬੱਚਾ ਜਿਹੜਾ ਕੀਰਤਨ ਕਰਨ ਲੱਗ ਪਿਆ ਜੀ, ਬਿਲਕੁਲ,
ਜਿਹੜੀ ਗੱਲ ਕਰਦੇ ਨੇ ਵੀ ਇਹ ਗੰਧਰਵ ਇਹ ਜਿਹੜੇ ਹੁਣ ਜਿਹਨਾਂ ਦੇ ਹੱਥ ਚ ਆਪਣੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤਾਊਸ ਹੈ, ਹਾਂਜੀ, ਇਹ ਨੇ ਬਹੁਤ ਮਹਾਨ ਕੀਰਤਨੀ ਹੈ ਜੀ ਜੀ ਜੀ, ਭਾਈ ਅਵਤਾਰ ਸਿੰਘ, ਭਾਈ ਗੁਰਚਰਨ ਸਿੰਘ ਜੀ ਜੀ ਜੀ, ਹਾਂਜੀ, ਇਹਨਾਂ ਨੇ ਬਹੁਤ ਸੀਡੀਆਂ ਵੀ ਕੱਢੀਆਂ ਨੇ ਰਾਗਾਂ ਦੇ ਆਧਾਰ ਤੇ, ਬੜੇ ਵੱਡੇ ਅਨਮੋਲ ਖਜ਼ਾਨੇ ਦਿੱਤੇ ਪੰਥ ਨੂੰ ਜੀ। ਪਰ ਮੈਂ ਇੱਕ ਗੱਲ ਕਰਾਂ, ਇਹਨਾਂ ਦਾ ਇੱਕ ਸ਼ਹਿਰ ਵਿੱਚ ਰਹਿਣ ਦੇ ਕਰਕੇ ਵੱਡਿਆਂ ਵੱਡਿਆਂ ਲੋਕਾਂ ਦੇ ਨਾਲ ਬੜਾ ਇਹਨਾਂ ਦਾ ਮਿਲਾਪ ਰਿਹਾ, ਔਰ ਚੰਗੀ ਮਾਇਆ ਵੀ ਮਿਲਦੀ ਰਹੀ ਇਹਨਾਂ ਨੂੰ, ਭੇਟਾ ਵੀ ਮਿਲਦੀ ਰਹੀ, ਔਰ ਚੰਗਾ ਹਰ ਰਾਗ ਦਰਬਾਰ ਦੇ ਵਿੱਚ ਇਹਨਾਂ ਦਾ ਨਾਮ ਜਦ ਤੱਕ ਨਹੀਂ ਸੀ ਹੁੰਦਾ ਤੇ ਉਹ ਰਾਗ ਦਰਬਾਰ ਵੀ ਸਫਲ ਨਹੀਂ ਸੀ ਹੁੰਦਾ, ਜਿਹਦੇ ਵਿੱਚ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ, ਸ਼੍ਰੋਮਣੀ ਰਾਗੀ, ਭਾਈ ਦਲਬਾਗ ਗੁਲਬਖਸ਼ ਸਿੰਜੀ, ਭਾਈ ਅਵਤਾਰ ਸਿੰਘ, ਗੁਰਚਰਨ ਸਿੰਘ ਜੀ, ਹਾਂਜੀ, ਹੋਰ ਬੜੇ ਮਤਲਬ ਕਿ ਨਾਮ ਲੈਣ ਲੱਗੀ, ਥੱਕ ਜਾਏਗੀ ਜ਼ਬਾਨ ਸਾਡੀ। ਔਰ ਵੇਖੋ ਇਹ ਜਿਹੜੀ ਸਮੇਂ ਦੇ ਨਾਲ ਚੇਂਜਸ ਆ ਰਹੀ ਹੈ ਨਾ, ਵੇਖੋ ਆਪਾਂ ਪਹਿਲਾਂ ਕੱਪੜੇ ਕਿੱਦਾਂ ਖੱਦਰ ਦੇ ਪਾਉਂਦੇ ਸੀ, ਹੁਣ ਵੱਖਰੀਆਂ ਚੀਜ਼ਾਂ ਹੋਈਆਂ, ਪਹਿਲਾਂ ਤੁਹਾਡੀ ਪੱਗ ਤੁਸੀਂ ਸੀਨ ਵਾਲੀ ਬੰਨਦੇ ਹੋਵੋਗੇ ਤੇ ਹੁਣ ਤੁਸੀਂ ਅੱਜ ਜਿਹੜੀ ਸੀਨ ਤੋਂ ਬਗੈਰ ਬੰਨਦੇ ਹੋ, ਇਸੇ ਤਰ੍ਹਾਂ ਦਰਬਾਰ ਸਾਹਿਬ ਸਿੰਘ ਸਾਹਿਬ ਪਹਿਲਾਂ ਸੀਨ ਵਾਲੀ ਪੱਗ ਬੰਨਦੇ ਸੀਗੇ ਤੇ ਅੱਜ ਜਿਹੜੀ ਆ ਬਗੈਰ ਸੀਨ ਤੋਂ ਤਹਿ ਲਾ ਕੇ ਦਸਤਾਰ ਸਜਾਈ ਜਾਂਦੀ ਆ। ਔਰ ਹਰਿਮੰਦਰ ਸਾਹਿਬ ਹੁਣ ਰਾਗੀ ਸਿੰਘ ਵੀ ਇਸ ਤਰ੍ਹਾਂ ਸਜਾਉਣ ਲੱਗ ਪਏ ਨੇ, ਪਹਿਲੇ ਤੰਤੀ ਸਾਜ ਸੀ ਕਿਹੜਾ, ਬਾਬਾ ਸ਼ਾਮ ਸਿੰਘ ਜੀ ਨੇ ਜਿਹੜੇ ਆਟਾ ਮੰਡੀ ਵਾਲੇ ਜੀ, ਠੀਕ ਨੀ, ਅੱਜ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ ਕਿੱਥੋਂ ਲੱਭਾਂਗੇ ਜਿਹੜੇ ਸਰਿੰਦਰ ਨਾਲ ਕੀਰਤਨ ਕਰਦੇ ਸੀ। ਜੇ ਭਾਈ ਬਲਵੀਰ ਸਿੰਘ ਜੀ ਨੇ ਕੀਰਤਨ ਕੀਤਾ, ਭਾਈ ਹਰੀ ਸਿੰਘ ਜੀ ਨੇ ਕੀਰਤਨ ਕੀਤਾ, ਭਾਈ ਗੋਪਾਲ ਸਿੰਘ ਜੀ ਨੇ, ਔਰ ਭਾਈ ਸੰਤਾ ਸਿੰਘ ਜੀ ਨੇ, ਭਾਈ ਸਮੁੰਦ ਸਿੰਘ ਸੀਗੇ ਵੱਡੇ ਗੰਧਰਵ ਰਾਗੀ ਸੀ ਸ੍ਰੀ ਹਰਿਮੰਦਰ ਸਾਹਿਬ ਦੇ। ਹੁਣ ਉਹ ਜਿਹੜੀ ਸ਼ੈਲੀ ਆ ਉਹ ਸਮੇਂ ਦੇ ਵਿੱਚ ਉਹ ਲੋਕ ਸੁਣਦੇ ਸੀਗੇ ਜੀ। ਪਰ ਮੈਂ ਆਪਣੀ ਗੱਲ ਦੱਸਦਾ, ਆਪਣਾ ਤੁਹਾਡਾ ਸਾਡਾ ਤੁਹਾਡਾ ਇਲਾਕਾ ਇੱਕ ਹੀ ਹੈ, ਤੁਸੀਂ ਦੇਖੋ ਸਾਡੀ ਬਾਰਡਰ ਬੈਲਟ ਤੇ ਕਿਸੇ ਨੂੰ ਇਹ ਕੀਰਤਨ ਦੇ ਬਾਰੇ ਪਤਾ ਸੀ ਨਾ ਜੀ? ਨਹੀਂ ਸਰ ਪਤਾ, ਉੱਥੇ ਕੀ ਜਿਹੜਾ ਢੋਲਕੇ ਚੱਲਦੇ, ਵਾਰਾਂ ਚੱਲਦੀਆਂ, ਤੂੰਬੀਆਂ ਨਾਲ ਲੋਕੀ ਗਾਉਂਦੇ ਸੀ, ਸ਼ੇਰੇ ਸਿੱਖੀਆਂ ਗਾਉਂਦੇ ਸੀ। ਪਰ ਜਦੋਂ ਭਾਈ ਹਰਜਿੰਦਰ ਸਿੰਘ ਜੀ ਆਏ, ਉਸ ਵਕਤ ਮਾਰਕੀਟ ਦੇ ਵਿੱਚ ਕੈਸਟਾਂ ਧੜਾ ਧੜ ਚੱਲੀਆਂ ਤੇ ਨਾਲ ਹੀ ਬੱਚਿਆਂ ਨੇ ਕੀਰਤਨ ਸਿੱਖਣਾ ਸ਼ੁਰੂ ਕਰ ਦਿੱਤਾ ਹਰ ਪਿੰਡ ਵਿੱਚ। ਸਾਡਾ ਜ਼ਿਲ੍ਹਾ ਗੁਰਦਾਸਪੁਰ ਅੰਮ੍ਰਿਤਸਰ ਜਿਹੜਾ ਬਾਰਡਰ ਬੈਲਟਾਂ ਦੇ ਵਿੱਚ ਜਿੰਨੇ ਇਲਾਕੇ ਨੇ, ਪਿੰਡ ਨੇ, ਉਹਨਾਂ ਵਿੱਚ ਨੌਜਵਾਨਾਂ ਨੇ ਕੀਰਤਨ ਸਿੱਖਣਾ ਸ਼ੁਰੂ ਕਰਤਾ, ਜਿਹਦੇ ਵਿੱਚ ਹੁਣ ਤੁਸੀਂ ਆਹ ਦੇਖੋ ਕਿ ਆਇਆ ਹੈ ਨਾ, ਮਤਲਬ ਕਿ ਜਿਹੜਾ ਪੇਸ਼ ਕੀਤੀ ਹੈ ਕਿੱਡੀ ਭੈੜੀ ਗੱਲ ਜੀ, ਭੇਟਾ ਗਾਉਣ ਵਾਲੇ। ਅੱਛਾ, ਜਿਹੜਾ ਲਖਵਿੰਦਰ ਸਿੰਘ ਲੱਖਾ ਹੈ ਨਾ, ਉਹ ਵੀ ਇੱਕ ਕੀਰਤਨੀਆ ਸੀ, ਉਹ ਭੇਟਾ ਗਾਉਂਦਾ। ਸਰਦੂਲ ਸਿਕੰਦਰ ਕੌਣ ਸੀ? ਉਹ ਵੀ ਕੀਰਤਨੀਆ ਸੀ। ਦੁਰਗਾ ਰੰਗੀਲਾ ਕੌਣ ਸੀ? ਉਹ ਵੀ ਇੱਕ ਉਹ ਕੀਰਤਨ ਢਾਡੀ ਸੀਗਾ। ਉਹ ਅੱਜ ਸਿੰਗਰ ਕਿਉਂ ਬਣ ਗਿਆ? ਮਨਮੋਹਨ ਵਾਰਸ ਨੇ, ਹਾਂਜੀ, ਨਛੱਤਰ ਗਿੱਲ ਦਾ ਡੈਡੀ ਹਰਦੀਪ ਸਿੰਘ ਗਿੱਲ, ਸਰੰਗੀ ਵਾਦਕ ਬੜੇ ਵੱਡੇ। ਗੱਲ ਕਹਿਣ ਦੀ ਆ ਕਿ ਭਾਈ ਬਲਵੀਰ ਸਿੰਘ ਹੋਏ, ਭਾਈ ਆਪਣੇ ਦਲਬਾਗ ਗੁਲਬਖਸ਼ ਸਿੰਘ, ਮੈਂ ਭਾਈ ਦਲਬਾਗ ਗੁਲਬਖਸ਼ ਸਿੰਘ ਦੀ ਗੱਲ ਸੁਣਾਉਣਾ ਤੁਹਾਨੂੰ। 2001 ਦੀ ਗੱਲ ਆ ਸੀ ਨਾ, ਉਦੋਂ ਹੈਵਲਕ ਰੋਡ ਗੁਰਦੁਆਰਾ ਬਣਨਾ ਸ਼ੁਰੂ ਹੋ ਗਿਆ ਸੀਗਾ, ਨਵੀਂ ਬਿਲਡਿੰਗ, ਤੇ ਮੈਨੂੰ ਮਤਲਬ ਕਿ ਜਿਹੜਾ ਕਮਰਾ ਮਿਲਿਆ ਸੀ 41 ਨੰਬਰ, ਸਾਡੇ ਦੋਵਾਂ ਦਾ ਆਸਣ ਉੱਤੇ ਸੀਗਾ 45 ਨੰਬਰ। ਤੇ ਹੋਇਆ ਕੀ ਹੈ ਕਿ ਇੱਕ ਸਾਡੀ ਆਦਤ ਸ਼ੁਰੂ ਤੋਂ, ਹੁਣ ਵੀ ਆਦਤ ਹੈ ਮੇਰੀ, ਮੈਂ ਕਿਸੇ ਗੁਰੂ ਘਰ ਚ ਕੀਰਤਨ ਕਰਨ ਜਾਣਾ ਨਾ ਇੰਗਲੈਂਡ ਚ, ਤੇ ਮੈਂ ਆਪਣਾ ਬਿਸਤਰ ਨਾਲ ਰੱਖਦਾ ਹਾਂ। ਉਦੋਂ ਮੇਰਾ ਬਿਸਤਰ ਬੰਨ ਨਾਲ ਹੁੰਦਾ ਸੀ, ਤੇ ਅਸੀਂ ਨਾ ਉੱਪਰ ਕਮਰਾ ਮਿਲਿਆ ਸੀ ਸਾਨੂੰ, ਤੇ ਭਾਈ ਦਲਬਾਗ ਗੁਲਬਖਸ਼ ਸਿੰਘ ਥੱਲੇ ਕਮਰਾ ਮਿਲਿਆ, ਤੇ ਐਡੀ ਭੈੜੀ ਰਜਾਈ ਤੇ ਇੰਨੀ ਭੈੜੀ ਤਲਾਈ, ਮਤਲਬ ਕਿ ਕਾਲੀ ਮੈਲ ਨਾਲ ਭਰੀ। ਪਰ ਮੈਂ ਕਹਿੰਦਾ ਧੰਨ ਨੇ, ਉਹ ਸਾਧੂ ਬੰਦੇ ਸੀਗੇ, ਤੇ ਰਾਤ 1 ਵਜੇ ਉੱਠ ਕੇ ਉਹਨਾਂ ਨੇ ਇਸ਼ਨਾਨ ਕਰਕੇ ਤੇ ਨਿਤਨੇਮ ਵਾਜੇ ਤੇ ਕਰਨਾ, 5 ਬਾਣੀਆਂ, ਸੱਤੇ ਬਲਵੰਡ ਦੀ ਵਾਰ ਤੇ ਆਸ ਦੀ ਵਾਰ ਸਾਰੀ ਵਾਜੇ ਤੇ ਗਾਉਣੀ ਤੇ ਰਿਆਜ਼ ਕਰਨਾ। ਮੈਂ ਉਹਨਾਂ ਲੋਕਾਂ ਨੂੰ, ਦਰਵੇਸ਼ ਲੋਕਾਂ ਨੂੰ ਵੇਖਿਆ, ਉਹਨਾਂ ਦੀ ਅੱਜ ਤੱਕ ਕਿਸੇ ਨੇ ਸਾਰ ਲਈ ਸੀ। ਅੱਜ ਜਿਹੜੇ ਰਾਗੀ ਸਿੰਘ ਨੇ ਨਾ, ਜਿਹੜੇ ਅੱਜ ਉਹਨਾਂ ਨੂੰ ਸੰਗਤਾਂ ਪਿਆਰ ਕਰਨ ਲੱਗ ਪਈਆਂ ਨੇ, ਤੇ ਪਿਆਰ ਗੁਰੂ ਸਾਹਿਬ ਕਰਵਾ ਰਹੇ ਨੇ। ਦੂਜੀ ਗੱਲ,
ਭਾਈ ਬਲਵੀਰ ਸਿੰਘ ਦੇ ਕੋਲ ਗਲਤੀ ਇੱਕ ਹੋ ਗਈ, ਉਹ ਨੂਰ ਮਿਲੀ ਬਾਰੇ ਪਤਾ ਨਹੀਂ ਸੀ। ਉਹਨਾਂ ਨੇ ਮੈਨੂੰ ਆਪ ਵੀ ਦੱਸਿਆ ਤੇ ਉਹਨਾਂ ਦੇ ਨਾਲ ਜਿਹੜਾ ਤਬਲਾ ਵਜਾਉਂਦੇ ਨੇ ਹਰਦੇਵ ਸਿੰਘ, ਉਹਨੇ ਵੀ ਦੱਸਿਆ ਕਿ ਰਾਤ ਸੁੱਤੇ ਪਏ ਕੋਈ ਬੰਦਾ ਆ ਕਹਿੰਦਾ ਕਿਸੇ ਮਹਾਂਪੁਰਸ਼ ਕੋਲ ਲੈ ਕੇ ਜਾਣਾ। ਚਲੋ ਮੈਂ ਸਪਸ਼ਟੀਕਰਨ ਨਹੀਂ ਦੇ ਰਿਹਾ ਕਿਸੇ ਦਾ, ਮੈਂ ਗੱਲ ਜੋ ਸੁਣੀ ਉਹ ਦੱਸ ਰਿਹਾ। ਚਲੋ ਉਹ ਲੈ ਗਿਆ ਸੁੱਤੇ ਪਏ, ਕਹਿੰਦਾ ਸੀ ਮੈਂ ਤੇ ਮਤਲਬ ਕਿ ਭਾਈ ਸਾਹਿਬ ਬੇਟੇ ਸੁੱਤੇ ਪਏ ਆ ਸੁਦਾਗਰ ਸਿੰਘ, ਤੇ ਭਾਈ ਸਾਹਿਬ ਨੂੰ ਲੈ ਕੇ ਚਲਾ ਗਿਆ। ਉਹ ਚਲੇ ਗਏ, ਉਹਨਾਂ ਦੀ ਆਦਤ ਆ ਸਾਨੂੰ ਪਤਾ ਜੀ ਮਹਾਂਪੁਰਸ਼ਾਂ ਕੋਲ ਜਾਂਦੇ ਸੀ, ਉਹ ਕਹਿੰਦੇ ਨੇ ਪਾਵੋ ਦਾਨ ਢੀਠ ਹੋਏ ਮੰਗੋ, ਇਦਾਂ ਕਰਦੇ ਸੀਗੇ। ਉਹਨਾਂ ਨੇ ਸਾਧੂ ਜਾਣ ਕੇ ਕੀਤਾ, ਉਹਨਾਂ ਨੂੰ ਪਤਾ ਇਹ ਦੁਸ਼ਟ ਹੈ, ਇਹ ਨੂਰ ਮਹਿਲੀ ਆ। ਚਲੋ ਗਲਤੀ ਹੋ ਗਈ, ਅਕਾਲ ਤਖ਼ਤ ਪੇਸ਼ ਹੋ ਗਏ, ਉਹਨਾਂ ਦੀ ਖਿਮਾ ਜਾਚਨਾ ਵੀ ਹੋ ਗਈ। ਠੀਕ ਆ ਤੁਸੀਂ ਨਹੀਂ ਮੰਨਦੇ ਕਿਸੇ ਨੂੰ ਤਾਂ ਨਹੀਂ, ਅਕਾਲ ਤਖ਼ਤ ਦੇ ਜਿਹੜਾ ਨਹੀਂ ਮੰਨਦੇ, ਪਰ ਅਕਾਲ ਦਾ ਤਖ਼ਤ ਤਾਂ ਹੈਗਾ ਨਾ ਉਹ, ਬਿਲਕੁਲ ਉੱਥੇ ਬੰਦਾ ਪੇਸ਼ ਹੋ ਗਿਆ, ਉੱਥੇ ਉਹਦੀ ਗਲਤੀ ਮਾਫ਼ ਕੀਤੀ ਗਈ, ਪਰ ਸਾਡੇ ਲੋਕਾਂ ਨੇ ਜਦ ਤੱਕ ਚੜ੍ਹਾਈ ਨਹੀਂ ਕਰਕੇ ਉੱਥੇ ਛੱਡਿਆ ਨਹੀਂ ਸੀ। ਹੁਣ ਅਸੀਂ ਕਹਿੰਦੇ ਅਨਮੋਲ ਹੀਰੇ ਸੀਗੇ, ਜਦੋਂ ਸੰਸਾਰ ਤੋਂ ਕੂਚ ਕਰ ਗਏ ਤਾਂ ਅਨਮੋਲ ਹੀਰੇ, ਜਦੋਂ ਸੰਸਾਰ ਚ ਸੀਗੇ ਉਦੋਂ ਕਿਸੇ ਨੇ ਬਾਤ ਨਾ ਪੁੱਛੀ। ਆਹ ਦੇਖੋ ਸਾਰੇ ਆ ਜਿਹੜੇ ਕੀਰਤਨੀ ਹੈ ਜਿਹਨਾਂ ਦਾ ਇੱਕ ਹੀ ਹੋ ਰਿਹਾ, ਜੇ ਇਹਨਾਂ ਨੂੰ ਆਪਾਂ ਪਿੱਟੇ ਭੇਟਾਂ ਗਾਉਣ ਵਾਲੇ ਕਵਾਂਗੇ ਤੇ ਇਹ ਕਿੱਧਰ ਦੀ ਸਿਆਣਪ ਹੋਏਗੀ। ਵੇਖੋ ਗੁਰੂ ਕੇ ਕੀਰਤਨੀ ਹੈ, ਜਿੰਨੀ ਵੀ ਇਹਨਾਂ ਨੇ ਫੋਟੋਆਂ ਦੀ ਵਰਤੋਂ ਕੀਤੀ ਹੈ ਸਾਰੇ ਨਾਮਵਰ ਗੁਰੂ ਕੇ ਕੀਰਤਨੀਆਂ ਨੇ, ਤੇ ਬੜਾ ਇਹਨਾਂ ਨੇ ਸੇਵਾਵਾਂ ਕੋਈ ਹੁਣ ਤੋਂ ਨੀ ਲੰਬੇ ਸਮੇਂ ਤੋਂ ਸੇਵਾਵਾਂ ਕਰਦਿਆਂ ਚੰਗੀਆਂ ਸੇਵਾਵਾਂ ਕੀਤੀਆਂ ਤੇ ਦੁਨੀਆਂ ਦੇ ਵਿੱਚ ਨਾਮ ਹੀ ਬਣਾਇਆ ਤੇ ਗੁਰੂ ਕਾ ਕੀਰਤਨ ਉਹ ਸੁਣਾਇਆ ਤੇ ਜਿਹੜੇ ਲੋਕ ਸੁਣਨਾ ਚਾਹੁੰਦੇ ਇਹਨਾਂ ਨੂੰ ਜੋੜਨਾ ਚਾਹੁੰਦੇ ਆ, ਤੇ ਇਹ ਇਦਾਂ ਦੀਆਂ ਗੱਲਾਂ ਕਰਨੀਆਂ ਮੈਨੂੰ ਨਹੀਂ ਲੱਗਦਾ ਜੀ ਕੋਈ ਇਹ ਬੜੀ। ਮੈਂ ਇੱਕ ਗੱਲ ਦੱਸਾਂ, ਕੋਈ ਸੰਦੇ ਵਾਲੀ ਆ ਕਿਹੜਾ ਜਿਹੜਾ ਵੀ ਹੈਗਾ, ਹਾਂ ਜਿਹੜੇ ਭਾਈ ਰਵਿੰਦਰ ਸਿੰਘ ਜੀ ਨੇ ਜੀ, ਇਹਨਾਂ ਨੇ ਭਾਈ ਸੁਰਜਨ ਸਿੰਘ ਦੇ ਇੱਕ ਸ਼ਬਦ ਨੂੰ ਦੁਬਾਰਾ ਮਾਰਕੀਟ 'ਚ ਲਿਆਂਦਾ ਜੀ, ਸੰਗਤਾਂ ਜੁੜ ਗਈਆਂ ਮੇਰੇ ਮੇਰੇ ਪ੍ਰੀਤਮਾ ਜੀਓ। ਇਹਨਾਂ ਦੀ ਕੈਸਟ ਆਈ ਸੀ ਹਰ ਹਰ ਪੀ ਤੂੰ ਤੂੰ ਕਰੇ ਜੀ, ਹਾਂਜੀ ਉਸਤਤ ਕਰ ਕਰ ਜੀਵਾਂ, ਕਿਆ ਕਿਆ ਸਵਣਾ ਕਿਆ ਜਾਗਣਾ, ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ, ਹਨਾ। ਅੱਛਾ ਦੂਜੀ ਗੱਲ ਹੈ ਵੀ ਭਾਈ ਸਰਬਜੀਤ ਸਿੰਘ ਲਾਡੀ, ਇਹਨਾਂ ਨੇ ਕਿੰਨੇ ਰਾਗੀਆਂ ਦੇ ਨਾਲ ਪਹਿਲਾਂ ਤਬਲਾ ਵਜਾਇਆ ਹਰਿਮੰਦਰ ਸਾਹਿਬ ਦੇ ਵਿੱਚ ਜੀ ਜੀ, ਮੈਨੂੰ ਪਤਾ, ਮੈਂ ਜਦੋਂ ਇਹਨਾਂ ਨੂੰ ਦੇਖਿਆ ਭਾਈ ਗੁਰਮੇਜ ਸਿੰਘ ਜੀ ਦੇ ਨਾਲ ਜਿਹਨਾਂ ਨੂੰ ਇਹ ਸ਼ਬਦ ਬੜਾ ਮਸ਼ਹੂਰ ਹੋਇਆ ਸੀ ਬਿਨ ਭਾਗਾਂ ਸਤਸੰਗ, ਉਹ ਤੁਹਾਨੂੰ ਪਤਾ ਨਾ ਬਲਾਇੰਡ ਨੇ, ਉਹਨਾਂ ਦੀ ਕਿੰਨੀ ਵੱਡੀ ਦੇਣ ਨਾ ਬ੍ਰਿਣ ਭਾਸ਼ਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵੀ ਲਿਖੇ ਆ। ਅੱਛਾ ਉਹਨਾਂ ਮਹਾਂਪੁਰਸ਼ਾਂ ਦੇ ਨਾਲ, ਮੈਂ ਮਹਾਂਪੁਰਸ਼ ਹੀ ਕਹਾਂਗਾ ਉਹਨਾਂ ਨੂੰ, ਉਹਨਾਂ ਦੇ ਨਾਲ ਕਿੰਨਾ ਸਮਾਂ ਆਪਣੇ ਸਰਬਜੀਤ ਲਾਡੀ ਜੀ ਨੇ ਸੰਗਤ ਕੀਤੀ ਤਬਲੇ ਦੀ। ਮੈਨੂੰ ਇੰਨਾ ਪਤਾ ਕਿ ਇਹ ਮਾਤਾ ਕੌਲਾ ਜੀ ਦੇ, ਬੀਬੀ ਕੌਲਾ ਜੀ ਦੇ ਗੁਰਦੁਆਰਾ ਸਾਹਿਬ ਇੱਕ ਕੀਰਤਨ ਦਰਬਾਰ ਹੋਇਆ, ਤੇ ਮੈਂ ਇਹਨਾਂ ਤੋਂ ਪਹਿਲਾਂ ਕੀਰਤਨ ਕਰ ਚੁੱਕਾ ਸੀ, ਤੇ ਮੈਂ ਹਾਲੇ ਕਿਸੇ ਨੇ ਬਚਨ ਬਲਾਸ ਕੀਤਾ ਕਰ ਰਿਹਾ ਸੀ ਉਦਣ ਪਹਿਲੇ ਦਿਨ, ਜਾਂ ਮਤਲਬ ਕਿ ਮੈਂ ਤਾਂ ਉਦਣ ਪਹਿਲੇ ਦਿਨ, ਉਸਤਾਦ ਜੀ ਨੇ ਮੈਨੂੰ ਇਹ ਗੱਲ ਦੱਸੀ ਭਾਈ ਬਲਵੀਰ ਸੋਹਣਾ ਨੇ ਵੀ ਅੱਜ ਲਾਡੀ ਨੇ ਪਹਿਲੇ ਦਿਨ ਕੀਰਤਨ ਕੀਤਾ, ਤੇ ਮੈਂ ਅੱਛਾ ਜੀ, ਤੇ ਉਹ ਜੇ ਉਸ ਦਿਨ ਜਿਹੜਾ ਕੀਰਤਨ ਮੈਂ ਸੁਣਿਆ ਤੇ ਕਿਆ ਬਾਤ ਸੀ। ਅੱਛਾ ਫਿਰ ਕਿੰਨਾ ਜ਼ਬਰਦਸਤ ਕੀਰਤਨੀਆਂ ਆ, ਕਿੰਨਾ ਜ਼ਬਰਦਸਤ ਉਸਤਾਦ ਹੈ ਭਾਈ ਸਰਬਜੀਤ ਸਿੰਘ ਲਾਡੀ। ਦੂਜੀ ਗੱਲ ਹੈ ਜਿਹੜੇ ਕਮਲਜੀਤ ਸਿੰਘ ਹੈ, ਇਹ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਨੇ, ਇਹ ਬਟਾਲੇ ਚ ਕਰਵਿੰਦਰ ਆਪਣੇ ਪ੍ਰੋਫੈਸਰ ਕਰਵਿੰਦਰ ਸੋਹਣਾ ਕੋਲ ਸਿੱਖੇ ਨੇ, ਇਹ ਨੌਜਵਾਨ ਮੁੰਡਾ ਚੰਡੀਗੜ੍ਹ ਤੋਂ, ਹੈ ਨਾ, ਇਹ ਵੀ ਸੋਹਣਾ ਕੀਰਤਨ ਕਰਦਾ। ਹਾਂਜੀ ਮੈਨੂੰ ਇਹਦਾ ਨਾਮ ਦੱਸ ਨਹੀਂ ਪਤਾ, ਹੈ ਨਾ, ਤਨਵੀਰ ਸਿੰਘ। ਚਲੋ ਹੁਣ ਸਤਵਿੰਦਰ ਸਿੰਘ, ਭਾਈ ਹਰਵਿੰਦਰ ਸਿੰਘ ਨੇ, ਭਾਈ ਸਤਵਿੰਦਰ ਸਿੰਘ ਹਰਵਿੰਦਰ ਸਿੰਘ ਦੀ ਸ਼ੈਲੀ ਵੱਖਰੀ ਹੈ, ਬਿਲਕੁਲ। ਵੇਖੋ ਭਾਈ ਰਜਿੰਦਰ ਸਿੰਘ ਜੀ ਸਿੰਘਾਪੁਰੀ, ਉਹ ਸਿੰਘਾਪੁਰ ਚ ਚੜ੍ਹਾਈ ਕਰ ਗਏ, ਉਹਨਾਂ ਨੇ ਨਾਮ ਨਾਲ ਬੜਾ ਖੱਟਿਆ, ਮਲੇਸ਼ੀਆ ਸਿੰਘਾਪੁਰ ਦੁਬਈ ਦੀਆਂ ਸੰਗਤਾਂ ਮਸਤਾਨੀਆਂ ਹੋਈਆਂ ਫਿਰਦੀਆਂ ਸੀਗੀਆਂ। ਦੂਜੀ ਗੱਲ ਆ ਫਿਲਮ ਦੀ ਟਿਊਨ ਬਣਾਉਣ, ਜਿਹੜੀ ਫਿਲਮ ਦੀ ਟਿਊਨ ਆ ਕਿੱਥੋਂ ਆਈ ਹੈ, ਕਿੱਥੋਂ ਆਈ ਹੈ, ਕਣਕ ਤੋਂ ਹੀ ਮੈਦਾ ਬਣਦਾ ਤੇ ਕਣਕ ਤੋਂ ਹੀ ਆਟਾ ਬਣਦਾ, ਤੇ ਜੇ ਆਪਾਂ ਕਹੀਏ ਵੀ ਮੈਦਾ ਵੇਖੋ ਜੀ, ਮੈਦਾ ਤੇ ਵੇਖੋ ਜੀ ਫਿਲਮਾਂ ਦੀ ਟਿਊਨਾ, ਫਿਲਮਾਂ ਦੀ ਟਿਊਨਾ ਕਿੱਥੋਂ ਆਈਆਂ, ਸੱਤ ਸੁਰਾਂ ਨੇ। ਹਾਂਜੀ ਰਾਗ ਦੇ ਵਿੱਚ, ਰਾਗ ਦੇ ਵਿੱਚੋਂ ਹੀ ਜਨਮ ਲਿਆ ਉਸਨੇ। ਚਲੋ ਉਹ ਵਿਸ਼ਾ ਨਹੀਂ, ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹ
ਫਿਲਮਾਂ ਟੁੰਡਾ ਚ ਜੇ ਤੁਹਾਨੂੰ ਕੁਝ ਲੱਗ ਰਹੀ ਹੈ ਗੱਲ, ਪਰ ਉਹਨਾਂ ਨੇ ਜਿਹੜਾ ਕੀਰਤਨ ਨਰੋਲ ਕੀਤੇ ਨੇ, ਜਿਹੜੇ ਰਾਗ ਚ ਕੀਰਤਨ ਕੀਤੇ ਨੇ, ਉਹ ਤੁਸੀਂ ਇੱਕ ਭਰੋਖੇ ਕਿਵੇਂ ਕਰ ਸਕਦੇ? ਬਿਲਕੁਲ, ਹੁਣ ਆਪਾਂ ਜਿਹੜੀ ਗੱਲ ਕਰਦੇ ਹਾਂ, ਮੈਂ ਕੱਲੇ ਕੱਲੇ ਰਾਗ ਦੀ ਗੱਲ ਕਰਦਾ, ਹੁਣ ਅਨੰਤ ਵੀਰ ਸਿੰਘ ਆ, ਇਹ ਪ੍ਰਿੰਸੀਪਲ ਬਲਦੇਵ ਸਿੰਘ ਦੇ ਪਤਨੇ ਪੋਤੇ ਲੱਗਦੇ, ਕੋਈ ਭਤੀਜੇ ਆ, ਮੈਨੂੰ ਇੰਨਾ ਪਤਾ ਵੀ ਪਰਿਵਾਰ ਉਹ ਹੀ ਇਹਨਾਂ ਦਾ। ਜੀ ਜੀ ਜੀ, ਕਿਉਂਕਿ ਇਹਨਾਂ ਦੇ ਕੁਝ ਰਿਸ਼ਤੇਦਾਰ ਜਿਹੜੇ ਮੇਰੇ ਬਹੁਤ ਨਜ਼ਦੀਕ ਨੇ। ਹਾਂਜੀ ਹਾਂਜੀ, ਮੈਂ ਵੀ ਲੁਧਿਆਣੇ ਚ ਇਹਨਾਂ ਦੇ ਕਾਫੀ ਪਰਿਵਾਰ ਨੂੰ ਜਾਣਦਾ। ਇਹ ਸਾਰਾ ਹੀ ਕਹੋ ਇੱਕ ਕੁਨਬਾ ਜਿਹੜਾ ਕੀਰਤਨੀ ਨੇ ਸਾਰੇ, ਹਾਲੀ ਵੀ ਇੱਕ ਚਰਨਜੀਤ ਸਿੰਘ ਇਹਨਾਂ ਦਾ ਰਿਸ਼ਤੇਦਾਰ ਜੀ। ਹਾਂਜੀ, ਉਹ ਵੀ ਉਹ ਮਤਲਬ ਕਿ ਠੱਠੇ ਪਿੰਡ ਦੇ ਨੇ, ਪਿੱਛੋਂ ਫਤਿਹਗੜ੍ਹ ਚੂੜੀ ਜਾਂਦੇ ਨੇ। ਹਾਂਜੀ, ਇਹਨਾਂ ਦਾ ਪਿੰਡ ਵੀ ਲਾਗੇ ਹੀ ਆ। ਗੱਲ ਕਹਿਣ ਦੀ ਕਿ ਚਲੋ ਇਹ ਵੀ ਚੰਗਾ ਸਿੱਖਿਆ ਅਨੰਦ ਵੀਰ ਸਿੰਘ, ਚਲੋ ਇਹਦੀ ਵੀ ਚੱਲਦੀ ਵੀਡੀਓ ਵਾਇਰਲ ਕਰਤੀ ਗਏ ਨੇ ਵਿਆਹ ਦੀ। ਮੈਂ ਤਾਂ ਕਹਿੰਦਾ ਫਿਰ ਵਿਆਹ ਕਰਾਉਣਾ ਹੀ ਬੜਾ ਪਾਪ ਆ ਰਾਗੀ ਨੇ। ਠੀਕ ਆ, ਪਰਸਨਲ ਕਿਸੇ ਦੀ ਲਾਈਫ ਕੁਛ ਹੋ ਗਿਆ ਤੇ ਕਿਸੇ ਦਾ ਸਰਟੀਫਿਕੇਟ ਹੋ ਗਿਆ, ਚਲੋ ਕੋਈ ਗੱਲ ਨੀ। ਹੁਣ ਆਪਣੇ ਆ ਗਏ ਨੇ, ਮੈਂ ਗੱਲ ਕਰਾਂ ਸੰਤ ਅਨੂਪ ਸਿੰਘਾਂ ਦੀ। ਜਦੋਂ ਸੰਤ ਅਨੂਪ ਸਿੰਘ ਮਾਰਕੀਟ ਚ ਆਏ ਨਾ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ, ਇਹੋ ਉਹ ਇੱਕ ਮਨੋਹਰ ਸਿੰਘ ਇਹਨਾਂ ਦੀ ਸਾਈਡ ਤੇ ਆਇਆ, ਉਹਨੇ ਐਸੀ ਆਵਾਜ਼ ਲਾਈ, ਐਸੀ ਆਵਾਜ਼ ਲਾਈ ਤੇ ਨੌਜਵਾਨਾਂ ਨੇ ਭਾਈ ਮਨੋਹਰ ਸਿੰਘ ਨੂੰ ਅੰਦਰ ਪਾਲਿਆ, ਸੰਤ ਅਨੂਪ ਸਿੰਘ ਨੂੰ ਅੰਦਰ ਪਾਲਿਆ। ਕਿਸੇ ਨੇ ਕਿਹਾ ਮੈਂ ਸੰਤ ਅਨੂਪ ਸਿੰਘ ਬਣਨਾ, ਕਿਸੇ ਨੇ ਕਿਹਾ ਮੈਂ ਮਨੋਹਰ ਸਿੰਘ ਬਣਨਾ, ਉਹ ਵੀ ਵੱਖਰਾ ਕੀਰਤਨ ਆਇਆ, ਜਿਵੇਂ ਭਾਈ ਸਤਵਿੰਦਰ ਸਿੰਘ ਹਰਵਿੰਦਰ ਸਿੰਘ। ਹੁਣ ਹਰਵਿੰਦਰ ਸਿੰਘ ਐਸੀ ਆਵਾਜ਼ ਲਾਉਂਦਾ ਤੂੰ ਨਿਰੰਕਾਰ ਖੁਸ਼ ਹੋ ਜਾਂਦਾ। ਉਹਦੇ ਵਿੱਚ ਪਤਾ ਕੀ ਗੱਲ ਹੈ, ਦੋ ਬਚਨ ਨੇ, ਜਦ ਤੱਕ ਤਨ ਦੇਹ ਦੀ ਨਾਲ ਆਵਾਜ਼ ਨੀ ਨਾ ਲੱਗਦੀ ਤਾਂ ਨਿਰੰਕਾਰ ਦੇ ਘਰ ਤੱਕ ਗੱਲ ਨਹੀਂ ਬਣਦੀ। ਰਾਗੀ ਦਾ ਫਰਜ਼ ਕੀ ਹੈ ਕਿ ਤੁੰਨ ਕੇ ਆਵਾਜ਼ ਲਾਵੇ। ਇਹ ਫਿਰ ਦੋਨੇ ਭਰਾ ਮਰ ਕੇ ਗਾਉਂਦੇ ਨੇ, ਜਿਵੇਂ ਭਾਈ ਹਰਜਿੰਦਰ ਸਿੰਘ ਹੋਣਾ ਨੇ ਆਪਣੇ ਆਪ ਨੂੰ ਪਰਮੇਸ਼ਰ ਦੇ ਨਾਲ ਐਨ ਜੋੜ ਦਿੱਤਾ। ਹਾਂਜੀ, ਤੇ ਸਾਨੂੰ ਵੀ ਜੋੜਿਆ ਕਲਯੁਗ ਚ। ਭਾਈ ਰਵਿੰਦਰ ਸਿੰਘ ਨੇ ਵਿਲੱਖਣਤਾ ਦਾ ਕੀਤਾ, ਭਾਈ ਸਰਜੀਤ ਲਾਡੀ ਨੇ ਵੀ, ਭਾਈ ਕਮਲਜੀਤ ਸਿੰਘ ਨੇ ਵੀ, ਹਨਾ। ਉਹਦੇ ਵਿੱਚ ਆਪਣੇ ਸੰਤ ਅਨੂਪ ਸਿੰਘ ਨਾਲ ਬਹੁਤ ਵੱਡਾ ਯੋਗਦਾਨ। ਤੇ ਤੁਸੀਂ ਦੇਖੋ ਵੀ ਕਿੰਨੇ ਸਮੇਂ ਤੋਂ ਭਾਈ ਸੰਤ ਅਨੂਪ ਸਿੰਘ ਚੱਲਦੇ ਆ ਰਹੇ ਨੇ। ਦੂਜੀ ਗੱਲ, ਭਾਈ ਨਰਿੰਦਰ ਸਿੰਘ ਜਵਦੀ ਕਲਾ ਵਾਲੇ ਕਿੰਨਾ ਰਸ ਭਰਿਆ ਕੀਰਤਨ, ਬੜੀ ਬਖਸ਼ਿਸ਼ ਆ। ਚਲੋ ਹੁਣ ਗੱਲ ਆ ਗਈ ਆਪਣੇ ਭਾਈ ਓਂਕਾਰ ਸਿੰਘ ਦੀ, ਇਹ ਵੀ ਉਨਾ ਸਾਹਿਬ ਰਹੇ ਨੇ, ਉਸੇ ਧਰਮਸ਼ਾਲਾ ਚ ਰਹੇ ਨੇ ਜਿੱਥੇ ਸੰਤ ਅਨੂਪ ਸਿੰਘ। ਬਹੁਤ ਵਧੀਆ ਗੱਲ ਆ, ਇੰਨੀ ਬਾਣੀ ਦੇ ਨਾਲ ਭਿੱਜ ਕੇ ਕੀਰਤਨ ਕਰਦੇ ਨੇ ਤੇ ਐਸੇ ਗੁਰੂ ਕੇ ਕੀਰਤਨੀਆਂ ਨੂੰ ਇਹਨਾਂ ਨੇ ਇਸ ਕਤਾਰ ਚ ਖੜਾ ਕਰ ਦਿੱਤਾ। ਮੈਂ ਬੜੀ ਸ਼ਰਮਸਾਰ ਮੈਂ ਗੱਲ ਕਹਿੰਦਾ ਕਿ ਵੇਖੋ ਭਾਈ ਗੁਰਪ੍ਰੀਤ ਸ਼ਿਮਲੇ ਵਾਲੇ ਨੇ ਵਿਲੱਖਣਤਾ ਦਾ ਕੀਰਤਨ। ਹੁਣ ਭਾਈ ਹਰਚੰਦ ਸਿੰਘ ਵੀ ਸ਼ਹੀਦ ਮਿਸ਼ਨ ਕਾਲਜ ਸਿੱਖੇ ਨੇ ਅੰਮ੍ਰਿਤਸਰ ਤੋਂ ਤੇ ਕਲਾਸੀਕਲ ਦੀ ਬੜੀ ਕਿਰਪਾ ਇਹਨਾਂ ਤੇ ਵੀ। ਭਾਈ ਗਗਨਦੀਪ ਸਿੰਘ ਇਹ ਵੀ ਸੋਹਣਾ ਕੀਰਤਨ ਕਰਦੇ ਨੇ, ਬੜੀ ਕਿਰਪਾ ਕਲਾਸੀਕਲ ਇਹਨਾਂ ਕੋਲ ਵੀ। ਜਗਿੰਦਰ ਸਿੰਘ ਰਿਆੜ ਈਵਨ ਇਹ ਸਿੱਖਿਆ, ਪਰ ਮੇਰੇ ਤੋਂ ਵੀ ਕੁਛ ਸਿੱਖੇ ਨੇ। ਗੁਰੂ ਪਾਤਸ਼ਾਹ ਕਲ ਆਹ ਮੁੰਡਾ ਨਵਾਂ ਬੱਬੀ ਆ, ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਆ। ਹੁਣ ਰਹੀ ਗੱਲ ਭਾਈ ਸਰਜਨ ਸਿੰਘ ਰੰਗੀਲਾ ਦੁਰਗਵਾਲੇ, ਇਹ ਮੇਰੇ ਉਸਤਾਦ ਨੇ, ਮੈਨੂੰ ਆਪ ਆਸਟ੍ਰੇਲੀਆ ਵਿੱਚ, ਮੈਂ ਤੁਹਾਨੂੰ ਕੱਲ ਵੀ ਗੱਲ ਦੱਸੀ ਸੀ, ਇਹਨਾਂ ਨੇ ਆਪ ਮੈਨੂੰ ਆਪਣਾ ਸ਼ਿਗਰਦ ਪਾਇਆ, ਜਿਹਦੇ ਵਿੱਚ ਭਾਈ ਜਸਵੀਰ ਸਿੰਘ ਪੌਣਾ ਸਾਲ ਕਹਿੰਦੇ ਹੈਲੋ, ਉਹ ਇੱਦਾਂ ਬੋਲਦੇ ਹੈਲੋ, ਮੈਂ ਤੇਰਾ ਗੁਰ ਭਾਈਆਂ ਵੱਡਾ ਆ ਤੇ ਮੈਨੂੰ ਵੀ ਪੱਗ ਦੇ, ਮੈਂ ਲਓ ਤੁਸੀਂ ਵੀ ਪੱਗ ਲਓ। ਰਹੀ ਗੱਲ 98 ਦੀ ਗੱਲ ਹੈ, ਭਾਈ ਹਰਬੰਸ ਸਿੰਘ ਜਗਾਧਰੀ ਸਾਹਿਬ ਇਹਨਾਂ ਨੇ ਮੈਨੂੰ ਇੰਗਲੈਂਡ ਸੁਣਿਆ ਸੀ, ਇਹਨਾਂ ਨੇ ਮੈਨੂੰ ਇਹ ਗੱਲ ਕਹੀ ਵੀ ਆਪਾਂ ਇਕੱਠਿਆਂ ਨੂੰ ਟੂਰ ਲਾਉਣਾ ਕਰਨਾ ਯੂਰਪ ਦਾ, ਮੈਂ ਭਾਈ ਹਰਬੰਸ ਸਿੰਘ ਜਗਾਧਰੀ ਵਾਲਿਆਂ ਦੇ ਨਾਲ ਸਾਡਾ ਜਥਾ ਜੀ, ਤੇ ਇਹ ਦੋਨੇ ਪੇਪਰ ਤੋਂ ਹੁੰਦੇ ਭਾਈ ਗੁਰਚੰਦ ਤੇ ਭਾਈ ਸਰਬਜੀਤ ਸਿੰਘ ਜੀ ਆਪਣੇ ਹਰਬੰਸ ਸਿੰਘ ਜੀ ਗਾਦਰੀ ਵਾਲੇ। ਐਸੀਆਂ ਬੰਦਸ਼ਾਂ ਮੈਨੂੰ ਬਿਠਾ ਕੇ ਨਾ ਸੁਣਾਉਣੀਆਂ ਕਲਾਸੀਕਲ ਦੀਆਂ ਤੇ ਰਸ ਭਰੀਆਂ, ਕਿਉਂਕਿ ਬਾਬਾ ਅਨੰਦ ਸਿੰਘ ਜੀ ਨੇ ਜਦੋਂ ਇਹ 40 ਦਿਨ ਤੋਂ ਇਸ ਨੇ, ਬਾਬਾ ਅਨੰਦ ਸਿੰਘ ਦੇ ਵਰ ਦੇ ਨਾਲ ਜਨਮ ਹੈ ਇਹਨਾਂ ਦਾ, ਇਹਨਾਂ ਦੇ ਪਿਤਾ ਜੀ ਭਾਈ ਲਾਲ ਸਿੰਘ ਜੀ ਸੀਗੇ ਤੇ 40 ਦਿਨ ਬਾਅਦ ਇਹਨਾਂ ਨੂੰ ਬਾਬਾ ਜੀ ਦੇ ਕੋਲ ਜਦੋਂ ਲੈ ਕੇ ਗਏ ਆ ਤੇ ਉਹਨਾਂ ਨੇ ਆਪਣੇ ਰਸਨਾਂ ਨਾਲ ਮਿਸ਼ਰੀ ਤੇ ਲਾਚੀ ਚਿੱਤ ਕੇ ਨਾ ਇਹਨਾਂ ਨੇ ਰਸਨਾਂ ਤੇ ਲਾਤੀ, ਕਹਿੰਦੇ ਲਾਲ ਸਿਆ ਐਸਾ ਕੀਰਤਨੀ ਹੈਗਾ ਰਸ ਭਰਿਆ ਕੀਰਤਨ, ਆਪ ਰਸਿਆ ਹੋਵੇ ਤਾਂ ਸੰਗਤ ਨੂੰ ਰਸ ਦੇਵੇਗਾ ਤੇ ਮਾਇਆ ਦੇ ਖਜ਼ਾਨੇ ਤੱਕ ਧੱਕੇ ਹੋਣਗੇ, ਉਹ ਤੁਹਾਨੂੰ ਵੀ ਪਤਾ ਮਾਇਆ ਖੁੱਲੀ ਹੈ। ਰਹੀ ਗੱਲ
ਭਾਈ ਹਰਬੰਸ ਸਿੰਘ ਜਗਾਦਰੀ ਬੜਾ ਜ਼ਬਰਦਸਤ ਕਲਾਸੀਕਲ ਗਾਉਂਦੇ ਸੀ। ਹੁਣ ਭਾਈ ਸਮੀ ਰੰਗੀਲਾ ਦੁਰਗ ਵਾਲੇ ਇਹਨਾਂ ਨੇ ਕਿਹਨਾਂ ਲੋਕਾਂ ਕੋਲ ਸਿੱਖਿਆ, ਖਾਨ ਸਾਹਿਬਾਂ ਕੋਲ ਸਿੱਖਿਆ। ਕਿਸੇ ਵਕਤ ਜਦੋਂ ਮੈਂ ਦੱਸਦੇ ਨਾ ਗੱਲਾਂ, ਮੈਂ ਰੋ ਪੈਂਦਾ ਏਦਾਂ ਸਿੱਖੇ ਨੇ। ਭਾਈ ਬਲਵੀਰ ਸਿੰਘ ਵੱਡੇ ਵੱਡੇ ਖਾਨ ਸਾਹਿਬਾਂ ਕੋਲ ਸਿੱਖੇ ਸੀਗੇ, ਉਹਨਾਂ ਦੀ ਕਿੰਨੀ ਕੁ ਅਸੀਂ ਕਦਰ ਪਾਈ। ਭਾਈ ਦਿਲਬਾਗ ਗੁਰਬਾਗ ਸਿੰਘ ਦੀ ਕਿੰਨੀ ਕਦਰ ਪਾਈ, ਭਾਈ ਹੀਰਾ ਸਿੰਘ ਜੀ, ਹਰੀ ਸਿੰਘ ਜੀ ਚਲੇ ਗਏ ਸੰਸਾਰ ਤੋਂ, ਕਿੰਨੀ ਕੁ ਕਦਰ ਪਾਈ। ਜਿਨ੍ਹਾਂ ਦੇ ਕੋਲ ਕਲਾਸੀਕਲ ਸੀ ਨਾ, ਉਹਨਾਂ ਦੀ ਕਿਸੇ ਨੇ ਬਾਤ ਨਹੀਂ ਪੁੱਛੀ। ਦੂਜੀ ਗੱਲ, ਭਾਈ ਸਮੀ ਰੰਗੀਲਾ ਹੀਰੇ ਨੇ ਕਲਾਸੀਕਲ ਦੇ ਵਿੱਚ ਬੜੀ ਕਿਰਪਾ, ਜਿੱਥੇ ਆਵਾਜ਼ ਮਾਰਦੇ ਆ ਲੱਗਦੇ ਆ ਵੀ ਗੋਲਾ ਮਾਰਿਆ ਤਗੜਾ ਰੱਖ ਕੇ, ਦਾੜ ਨਹੀਂ ਵੱਜਾ, ਐਸੀ ਕਿਰਪਾ। ਹੁਣ ਭਾਈ ਆਪਣੇ ਬਲਵਿੰਦਰ ਸਿੰਘ ਰੰਗੀਲਾ ਨੇ, ਤੁਹਾਨੂੰ ਪਤਾ ਕਿਸੇ ਦੇ ਘਰ ਚ ਜਗਰਾਤਾ ਵੀ ਹੁੰਦਾ, ਇਹਨਾਂ ਦੀ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਅੱਛਾ, ਹਰ ਬੰਦੇ ਦੇ ਘਰ ਚ ਇਹ ਕੈਸਟ ਹਿੰਦੂ ਦੇ ਵੱਜਦੀ ਸੀ, ਫਿਰ ਕਥਾ ਵੀ ਚੱਲਦੀ ਸੀ। ਅੱਜ ਜਿਹੜੀ ਤੁਸੀਂ ਵੀ ਕਥਾ ਕੀਤੀ ਪ੍ਰਹਲਾਦ ਜੀ ਦੀ, ਇਹ ਕਥਾ ਵੀ ਕਰਦੇ ਸੀਗੇ ਸਾਂਝੀ ਵਾਲ। ਕਿੰਨਿਆਂ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ, ਜਿਨ੍ਹਾਂ ਨੂੰ ਭੇਟਾ ਕਹਿਣ ਵਾਲੇ ਕਹਿ ਦਿੱਤਾ ਗਿਆ। ਭਾਈ ਦਵਿੰਦਰ ਸਿੰਘ ਸੋਢੀ, ਇਹਨਾਂ ਦਾ ਵੱਖਰਾ ਹੀ ਕੀਰਤਨ ਹੈ, ਮੈਂ ਤਾਂ ਅੱਜ ਤੱਕ ਬਸੁਰਾ ਹੁੰਦਾ ਨਹੀਂ ਵੇਖਿਆ ਇਹ ਬੰਦੇ ਨੂੰ। ਬੜੀ ਕਿਰਪਾ ਮਹਾਰਾਜ ਦੀ, ਬਖਸ਼ਿਸ਼ ਹੈ, ਬਾਬਾ ਜੀ ਦੇ ਘਰ ਦੀ ਸੇਵਾ ਕਰਦੇ ਨੇ। ਕਹਿਣ ਤੋਂ ਮੁਰਾਦ ਹੈ ਕਿ ਜਸਵੀਰ ਸਿੰਘ ਪੌਂਡਾ ਸਾਹਿਬ, ਇਹਦਾ ਨਾਮ ਹੈ ਪਾਇਆ ਭਾਈ ਸਾਹਿਬ ਦਾ ਕੌਂਕੜ ਜਹਾਜ਼, ਉਹ ਇੱਕ ਵਾਰ ਇੰਡੀਆ ਚ ਗਿਆ ਸੀ ਤੇ ਏਅਰਪੋਰਟ ਦੇ ਸ਼ੀਸ਼ੇ ਤੋੜ ਆਇਆ ਸੀਗਾ। ਇਹ ਤੁਹਾਨੂੰ ਵੀ ਪਤਾ ਨਾ, ਕੌਂਕੜ ਜਹਾਜ਼ ਮੈਨੂੰ ਆਪਣੇ ਅੱਖਾਂ ਦੇ ਨਾਲ, ਕੈਨੇਡਾ ਤੋਂ ਮੈਂ ਗਿਆ ਸੀ ਤੇ ਮੈਂ ਜਦੋਂ ਉੱਥੇ ਮਤਲਬ ਕਿ ਹੀਥਰੋ ਏਅਰਪੋਰਟ ਤੇ ਸੀਗਾ ਤੇ ਉਹਨਾਂ ਨੇ ਅਨਾਊਂਸਮੈਂਟ ਕੀਤੀ ਕੌਂਕੜ ਲੱਗਾ ਚੜ੍ਹਨ ਤੇ ਦੂਜੇ ਜਹਾਜ਼ ਇੱਦਾਂ ਖਲੋ ਗਏ ਵੀ ਜਿੱਦਾਂ ਕੋਈ ਵੱਡਾ ਮਗਰ ਮਾਸ਼ਾ ਆ ਗਿਆ ਵੀ ਇਹਨੇ ਸਾਰਿਆਂ ਨੂੰ ਖਾ ਜਾਣਾ। ਦੂਜੇ ਜਹਾਜ਼ ਖਲੋਤੇ, ਜਦੋਂ ਇਹ ਚੱਲਿਆ ਨਾ ਕੌਂਕੜ ਤੇ ਦਰਦਰ ਦਲ ਕਰਕੇ ਧਰਤੀ ਦੀ ਖੰਬੀ ਤੇ ਸ਼ੀਸ਼ੇ ਖੰਬੇ, ਇਵੇਂ ਮੈਂ ਨਾਂ ਪਾਇਆ ਭਾਈ ਜਸਵੀਰ ਸਿੰਘ ਪੌਂਡਾ ਸਾਹਿਬ ਦਾ ਕੌਂਕੜ ਜਹਾਜ਼। ਹੁਣ ਇਹ ਸਾਡਾ ਕੌਂਕੜ ਥੋੜਾ ਜਿਹਾ ਬਜ਼ੁਰਗ ਹੋ ਗਿਆ ਵੈਸੇ, ਪਰ ਸਤਿਗੁਰੂ ਦੀ ਹਾਲੀ ਵੀ ਬੜੀ ਕਿਰਪਾ, ਮੇਰਾ ਭਰਾ ਆ, ਮੇਰੇ ਭਾਈ ਸਾਹਿਬ ਨੇ। ਦੂਜੀ ਗੱਲ, ਭਾਈ ਸਤਵਿੰਦਰ ਸਿੰਘ ਹਰਵਿੰਦਰ ਸਿੰਘ ਬੜਾ ਕਮਾਲ ਦਾ ਜਥਾ, ਹੋਰ ਵੀ ਜਥੇ ਬੜੇ ਚੜ੍ਹਦੀ ਕਲਾ ਦੇ ਨਵੇਂ ਨਵੇਂ ਆ ਰਹੇ ਨੇ, ਦਰਬਾਰ ਸਾਹਿਬ ਚ ਬੜੇ ਅਨਮੋਲ ਹੀਰੇ ਨੇ। ਦੇਖੋ ਜਿਹੜੇ ਕਲਾਸੀਕਲ ਕਰਾਉਂਦੇ ਸੀ, ਜਦੋਂ ਉਹਨਾਂ ਦਾ ਸੱਚਖੰਡ ਪਿਆਨਾ ਹੋ ਗਿਆ ਤਾਂ ਦੁਨੀਆਂ ਦੇ ਸੰਸਕਾਰ ਦੀ ਧਰਤੀ ਵੀ ਨਹੀਂ ਦਿੱਤੀ ਉਹਨਾਂ ਨੂੰ, ਕਿਹੜੇ ਰੋਕਣਾ ਗਏ ਦੱਸੋ ਤੁਸੀਂ ਇਹਦੇ ਬਾਰੇ ਦੱਸੋ। ਭਾਈ ਨਿਰਮਲ ਸਿੰਘ ਜੀ, ਹਾਂ ਹਾਂ, ਕਿਆ ਬਾਤ ਹੈ ਜੀ, ਸਾਰੇ ਆਪਾਂ ਜਾਣਦੇ ਹੋ ਕਿ ਜੋ ਕੁਝ ਵਾਪਰਿਆ ਤੇ ਕਿਸੇ ਨੇ ਵੀ ਉੱਥੇ ਜਾ ਕਰਕੇ ਇਹ ਨਹੀਂ ਕਿਹਾ ਵੀ ਹੁਣ ਅੱਜ ਗੱਲਾਂ ਕਰਦੇ ਆ, ਅੱਜ ਗੱਲਾਂ ਕਰਦੇ ਆ, ਲੇਕਿਨ ਉਸ ਸਮੇਂ ਕਿੰਨੇ ਕਿੰਨੇ ਕੁ ਜਾ ਕੇ ਉਹਨਾਂ ਨੂੰ ਕਿਹਾ ਵੀ ਸਾਡਾ ਚਲਾ ਗਿਆ, ਕੋਈ ਹੀਰਾ ਚਲਾ ਗਿਆ, ਜੋ ਕੀਰਤਨ ਉਹਨਾਂ ਨੇ ਦਿੱਤਾ ਵਾ, ਕੋਈ ਕੀਰਤਨ ਕਰ ਸਕਦਾ ਉਹੋ ਜਿਹਾ ਕੀਰਤਨ? ਤੁਸੀਂ ਦੇਖੋ ਜਿਨ੍ਹਾਂ ਨੇ ਕਲਾਸੀਕਲ ਨੂੰ ਹਿਰਦੇ ਚ ਵਸਾਇਆ, ਹੁਣ ਸਾਰੇ ਕਲਾਸੀਕਲ ਜਾਣਦੇ ਨੇ, ਪਰ ਉਹ ਸੰਗਤ ਜਿਹੜੀ ਹੈ ਨਾ, ਹੁਣ ਨਵੇਂ ਸਟਾਈਲ ਦੀ ਬਣ ਗਈ ਹੈ, ਉਹ ਸੰਗਤ ਨੂੰ ਉਸੇ ਤਰ੍ਹਾਂ ਦਾ ਪਦਾਰਥ ਦੇ ਰਹੇ ਨੇ। ਪਰ ਮੈਂ ਰਾਗੀ ਸਿੰਘ ਨੂੰ ਵੀ ਬੇਨਤੀ ਕਰਾਂਗਾ ਕਿ ਸਾਰੀਆਂ ਗੱਲਾਂ ਆਪਾਂ ਜਿਹੜੀਆਂ ਕਰਦੇ ਹਾਂ ਉਹ ਕਰਦੇ ਹਾਂ ਗੁਰੂ ਘਰ ਦੀ ਮਰਜ਼ਾਦਾ ਦੀ, ਮਰਜ਼ਾਦਾ ਪੁਰਸ਼ੋਤਮ। ਪਰ ਜੇ ਅਸੀਂ ਗੱਲ ਕਰੀਏ ਨਾ ਇਹਨਾਂ ਹੀਰਿਆਂ ਦੀ, ਇਹ ਅਨਮੋਲ ਹੀਰੇ ਨੇ। ਹੁਣ ਬੀਬੀ ਬਲਜੀਤ ਕੌਰ ਖਾਲਸਾ ਆਪਾਂ ਅਖੋਦੋਲੇ ਕਰ ਛੜੀਏ, ਭਾਈ ਬਲਵੰਤ ਸਿੰਘ ਜੀ ਨਾਭੇ ਵਾਲੇ ਬੀਬੀਆਂ ਅੱਖਾਂ ਤੋਲੇ ਕਰਤੀਆਂ, ਕਿੰਨੇ ਕਿੰਨੇ ਗੰਧਰ। ਭਾਈ ਦਵਿੰਦਰ ਸਿੰਘ ਜੀ ਗੁਰਦਾਸਪੁਰ ਵਾਲੇ, ਉਹਨਾਂ ਨੇ ਨਾ ਇੱਕ ਭਾਈ ਸਤਵਿੰਦਰ ਸਿੰਘ ਰੀਤ ਗਾਉਂਦੇ ਹੁੰਦੇ ਆ, ਸਿਮਰੋ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਉਹ ਐਸੀ ਬੰਦਿਸ਼ ਹੈ ਨਾ ਕਿਆ ਹੀ ਬਾਤ ਹੈ। ਪਰ ਉਹਨਾਂ ਸਮੇਂ ਚ ਭਾਈ ਦਵਿੰਦਰ ਸਿੰਘ ਜੀ, ਭਾਈ ਓਂਕਾਰ ਸਿੰਘ ਸੱਕੇ ਭਰਾ ਨੇ, ਇਹ ਗੁਰਦਾਸਪੁਰੀਏ ਨੇ, ਭਾਈ ਹਰਜਿੰਦਰ ਸਿੰਘ ਜੀ, ਭਾਈ ਮਨਿੰਦਰ ਸਿੰਘ ਜੀ ਗੁਰਦਾਸਪੁਰੀਏ, ਭਾਈ ਬਲਵਿੰਦਰ ਸਿੰਘ ਰੰਗੀਲਾ ਗੁਰਦਾਸਪੁਰੀਏ, ਤੇ ਜਿਹੜੇ ਭਾਈ ਦਵਿੰਦਰ ਸਿੰਘ ਤੇ ਓਂਕਾਰ ਸਿੰਘ ਜੀ, ਉਹ ਵੀ ਗੁਰਦਾਸਪੁਰੀਏ। ਹਾਂਜੀ, ਤੇ ਤੁਸੀਂ ਤੇ ਅਸੀਂ ਵੀ ਗੁਰਦਾਸਪੁਰੀਏ ਗੱਲੇ ਆ।
ਵੀ ਮਾਝੇ ਦੇ ਜਿਹੜੇ ਮਝੈਲ ਆ ਨਾ, ਤੇ ਜਿਹੜਾ ਭਾਈ ਕਮਲਜੀਤ ਸਿੰਘ ਆ ਉਹ ਵੀ ਗੁਰਦਾਸਪੁਰੀ ਹੈ, ਜਿਹੜਾ ਭਾਈ ਆਪਣੇ ਕੀ ਨਾਂ ਲੈਂਦੇ ਨੇ ਹਰਚਰਨ ਸਿੰਘ ਜੀ ਖਾਲਸਾ ਉਹ ਬਟਾਲੇ ਦੇ ਨੇ, ਉਹ ਵੀ ਗੁਰਦਾਸਪੁਰੀ ਨੇ। ਕਹਿਣ ਤੋਂ ਮੁਰਾਦ ਹੈ ਵੀ ਇਹ ਗੱਲ ਜ਼ਿਲ੍ਹਿਆਂ ਦੀ ਨਹੀਂ, ਗੱਲ ਵੀ ਗੁਰੂ ਕੀ ਬਖਸ਼ਿਸ਼ ਜਿਹੜੀ ਹੈ ਨਾ ਵਰਤੀ ਹੈ ਉਹ ਗੁਰਦਾਸਪੁਰੀਆਂ ਤੇ ਬਹੁਤ ਵੱਡੀ ਵਰਤੀ ਹੈ। ਜੋਗਿੰਦਰ ਸਿੰਘ ਰਿਆੜ ਭਰਤ ਮਠੋਲੇ ਦੇ ਨੇ, ਹਾਂਜੀ, ਤੇ ਇਸ ਕਰਕੇ ਇਹ ਸਾਰੇ ਗੁਰੂ ਨਾਨਕ ਦੇ ਘਰ ਦੇ ਕੀਰਤਨੀਏ ਨੇ, ਭਾਈ ਇਹਨਾਂ ਨੂੰ ਭੇਟਾ ਵਾਲੇ ਨਾ ਕਹੋ। ਮੈਂ ਇੱਥੋਂ ਤੱਕ ਦੱਸ ਦਿੰਦਾ, ਚਲੋ ਇੱਕ ਰਾਗੀ ਸਿੰਘ ਕੋਲ ਗਲਤੀ ਹੋ ਗਈ, ਇੱਕ ਰਾਗੀ ਸਿੰਘ ਕੋਲ ਗਲਤੀ ਹੋ ਗਈ, ਕੁਛ ਉਹਨੇ ਆਪਣੇ ਸਰੀਰ ਦਾ ਪ੍ਰਦਰਸ਼ਨ ਕਰਤਾ, ਅੱਜ ਰੋਲਣ ਲਿਆ ਵਿਚਾਰਾ, ਉਹ ਪੰਜਾਂ ਪੈਰਾਂ ਤੋਂ ਵੀ ਪੇਸ਼ ਹੋ ਗਿਆ, ਅਕਾਲ ਤਖਤ ਸਾਹਿਬ ਵੀ ਜਾ ਰਿਹਾ, ਚਲੋ ਉਹਨੂੰ ਕੋਈ ਲਾਗੇ ਨਹੀਂ ਲੱਗਣ ਦੇਣ ਡਿਆ, ਕੀ ਹੋਇਆ ਤੇ ਕੀ ਨਹੀਂ। ਪਰ ਉਹਦੇ ਪੱਲੇ ਤੇ ਪ੍ਰੋਫੈਸਰ ਕਰਤਾਰ ਸਿੰਘ ਜੀ ਨੇ ਉਹਨੂੰ ਜੋ ਗੁਣ ਦਿੱਤਾ। ਮੈਂ ਕਹਿੰਦਾ ਕਿ ਮੈਂ ਵੀ ਆ ਨਾ ਇਹ ਗਿਆਨੀ ਜੀ, ਅਸੀਂ ਡਰਦੇ ਹਾਂ ਵੀ ਸੱਚੇ ਪਾਤਸ਼ਾਹ ਬਚਾ ਕੇ ਰੱਖੀ, ਬੜੀ ਕਲੂਕਾਲ ਦੀ ਅੱਗ ਆ ਜਿਹੜੀ ਭਿਆਨਕ ਬਲ ਰਹੀ ਹੈ, ਇਹਦੀ ਲਪੇਟ ਚ ਨਾ ਕਿਤੇ ਆ ਜਾਈਏ, ਨਹੀਂ ਤੇ ਦੁਨੀਆਂ ਦੇ ਐਸੇ ਲੋਕ ਨੇ ਜਿਹੜੇ ਸਾਨੂੰ ਮਾਰਨਾ ਚਾਹੁੰਦੇ ਵੀ ਮਰ ਜਾਣ ਫਟਾਫਟ, ਇਹ ਲਪੇਟ ਚ ਆਈ, ਡਰ ਲੱਗਦਾ। ਪਰ ਹਮ ਅਵਗੁਣ ਭਰੇ ਇੱਕ ਗੁਣ ਨਹੀਂ। ਪਰਵਾਨਾ ਜੀ ਨੇ ਇੱਕ ਬੜੀ ਵਧੀਆ ਗੱਲ ਕਹੀ ਸੀ ਸਟੇਜ ਤੇ ਸਮੈਤਿਕ ਗੁਰਦੁਆਰੇ, ਉਹ ਕਹਿੰਦੇ ਕੋਈ ਵੀ ਬੰਦਾ ਹੱਥ ਖੜਾ ਕਰੇ ਤੁਹਾਡੇ ਚੋਂ ਵੀ ਮੈਂ ਗੁਣਾਂ ਦਾ ਭਰਿਆ, ਅਵਗੁਣਾਂ ਦਾ ਭਰਿਆ ਹੀ ਨਹੀਂ, ਕਿਸੇ ਨੇ ਹੱਥ ਨਹੀਂ ਖੜਾ ਕੀਤਾ। ਇਸ ਕਰਕੇ ਜੱਖਣਾ ਨਾ ਕਿਸੇ ਦੀ ਵੱਢੋ, ਸਿਫਤ ਕਰੋ, ਉਹਦੀ ਸਲਾਹ ਕਰੋ, ਉਹਦੀ ਮਦਦ ਕਰੋ, ਮਦਦ ਤਾਂ ਤੁਸੀਂ ਕਿਸੇ ਦੀ ਕੀਤੀ ਨਾ ਤੇ ਜੱਖਣਾ ਜ਼ਰੂਰ ਵੱਢਣ ਦੀ ਤਿਆਰੀ ਕਰ ਦਿਓ ਤੁਸੀਂ। ਇਸ ਕਰਕੇ ਇਹਨਾਂ ਅਨਮੋਲ ਹੀਰਿਆਂ ਨੂੰ ਬਹੁਤ ਚੜ੍ਹਦੀ ਕਲਾ ਦੇ ਨੌਜਵਾਨ ਕੀਰਤਨੀਆਂ ਨੇ ਬੜੇ ਮਾਰਕੀਟ ਵਿੱਚ ਆ ਰਹੇ ਨੇ, ਉਹਨਾਂ ਨੂੰ ਉਤਸ਼ਾਹ ਦੇਣਾ। ਆਹ ਜਿਹੜੇ ਮਾਰਕੀਟ 'ਚ ਬੈਠੇ ਨੇ ਜਿਹਨਾਂ ਦੇ ਤੁਸੀਂ ਦਰਸ਼ਨ ਕਰੋ, ਇਹਨਾਂ ਨੇ ਹੁਣ ਇਹ ਹਟਦੇ ਜਾ ਰਹੇ ਨੇ, ਸਾਈਡ ਤੋਂ ਹੁੰਦੇ ਜਾ ਰਹੇ ਨੇ, ਉਹ ਕਹਿੰਦੇ ਨਵੀਂ ਪਨੀਰੀ ਆਵੇ ਤੇ ਨਵੀਂ ਕੀਰਤਨ ਪਨੀਰੀ ਕਰੇ ਆ ਕੇ। ਇਹ ਗਿਆਨੀ ਜੀ ਨੇ ਮੈਂ ਆ, ਅਸੀਂ ਸਾਰੇ ਹਟ ਜਾਣਾ ਇੱਕ ਦਿਨ ਤੇ ਨਵਿਆਂ ਨੂੰ ਗਾਹ ਵਧਾਉਣਾ, ਹੋਰ ਅਸੀਂ ਥਾਪੜਾ ਮਾਰਕ ਥੋੜਾ ਬੈਠੇ ਰਹਿਣਾ, ਸੰਘ ਚੱਲਤਾ ਆਮ ਵੀ ਚੱਲਣਾ, ਬਿਲਕੁਲ ਠੀਕ ਆ ਜੀ। ਇਸ ਕਰਕੇ ਤੁਸੀਂ ਇਹੋ ਜਿਹੇ ਕੰਮਾਂ ਤੋਂ ਬਾਜ ਆਵੋ। ਦੂਜੀ ਗੱਲ ਹੈ ਵੀ ਕਈ ਬੰਦੇ ਕਹਿੰਦੇ ਜੀ ਰਾਗੀ ਲੱਖ ਲੱਖ ਰੁਪਈਆ ਮੰਗਦੇ ਜੀ, ਗਿਆਨੀ ਜੀ ਤੁਸੀਂ ਸਹੀ ਤਾਂ ਕਿ ਨਹੀਂ ਲੱਖ ਲੈਣਾ? ਮਹਾਰਾਜ ਦੱਸੋ ਵੀ ਜੇ ਅਸੀਂ ਕੀਰਤਨ ਕਰਦੇ ਆ, ਕਥਾ ਕਰਦੇ ਆ, ਤੇ ਸਾਡਾ ਤੇ ਹੁਣ ਕੋਈ ਕਿਤੇ ਨੀ ਹੋਰ, ਜਾਂ ਤੇ ਸਾਡੀਆਂ ਕੋਈ ਫੈਕਟਰੀਆਂ ਚੱਲਦੀਆਂ ਹੋਣ, ਜਾਂ ਸਾਡੇ ਕੋਈ ਕਾਰੋਬਾਰ ਚੱਲਦੇ ਹੋਣ ਵੱਖਰੇ, ਅਸੀਂ ਕਹੀਏ ਵੀ ਠੀਕ ਹੈ ਵੀ ਅਸੀਂ ਨਿਸ਼ਕਾਮ ਹੀ ਕਰਦੇ, ਮਾਲਕ ਨੇ ਸਾਨੂੰ ਕਿਰਤੀ ਇਹ ਦਿੱਤੀ ਹੈ। ਜੇ ਕਿਰਤ ਕਰਕੇ ਅਸੀਂ ਕਿਸੇ ਵਿਦੇਸ਼ ਕਿਸੇ ਸਟੇਟ ਤੇ ਕਿਸੇ ਦੇ ਕੋਲੋਂ ਜੀ ਇਹ ਮੰਗ ਕਰਦੇ ਹਾਂ ਵੀ ਸਾਨੂੰ ਜੀ ਯੋਗ ਭੇਟਾ ਜਿਹੜੀ ਉਹ ਦਿੱਤੀ ਜਾਵੇ, ਤੇ ਮੈਨੂੰ ਨੀ ਲੱਗਦਾ ਵੀ ਆਪਾਂ ਗੁਨਾਹ ਕਰਦੇ ਕੋਈ। ਮੈਂ ਕਹਿੰਦਾ ਵੀ ਕਲਾਕਾਰਾਂ ਨੂੰ ਜਿੰਨੇ ਮਰਜ਼ੀ ਦਿੱਤੇ ਜਾਣ, ਗੁਰੂ ਘਰਾਂ ਦੇ ਫੰਡ ਦੇ ਵਿੱਚੋਂ ਨਜਾਇਜ਼ ਹੋਰ ਕਿਸੇ ਪਾਸੇ ਲਾ ਦੋ। ਮੈਂ ਤੁਹਾਨੂੰ ਦੱਸਦਾ ਜੀ ਉਹ ਕਲਾਕਾਰ ਤੇ ਮੈਂ ਸੁਣਿਆ ਕਹਿੰਦੇ ਜੀ ਜਦੋਂ ਉਹਨੂੰ ਕਹੀਏ ਨਾ ਵੀ ਉਹ ਕਹਿੰਦਾ ਜੀ ਮੈਂ 2 ਲੱਖ ਲੈਣਾ, ਕਹਿੰਦੇ 2,30,000 ਦੇਵਾਂਗੇ ਪਰ ਕੰਮ ਗਾਣਾ ਵਧੀਆ ਹੀ ਹੋ ਵਧੀਆ ਗਾਈ, ਬੀਬੀਆਂ ਵਧੀਆ ਲੈ ਕੇ ਇਹਨਾਂ ਚਲਾਣੀਆਂ ਹਾਂ ਨਾ, ਤੇ ਸਾਨੂੰ ਅਸੀਂ ਕਹੀਏ ਜੀ ਅਸੀਂ 51,000 ਲੈਣਾ ਜੀ, ਅਸੀਂ 3,100 ਲੈਣਾ, ਭਾਈ ਸਾਹਿਬ ਜੀ ਗਿਆਨੀ ਤੁਸੀਂ ਭੇਟਾ ਬੜੀ, ਤੁਸੀਂ ਪੈਸੇ ਬੜੇ ਘੱਟ ਦੱਸੇ, 2,30,000 ਨਾਲੇ ਪਰਿਵਾਰ ਦੇ ਆ, ਸਾਰੀਆਂ ਬੀਬੀਆਂ ਭੈਣਾਂ ਵੀ ਨਾਲ ਨੱਚਦੀਆਂ ਨੇ, ਤੇ ਜੇ ਤੁਹਾਡੇ ਲਾਗੇ ਕੋਈ ਭੈਣ ਖੜ ਗਈ ਤੇ ਤੁਹਾਡੀ ਸਵੇਰੇ ਫੋਟੋ ਵੀ ਆਈ ਨੀ ਮਾਰਕੀਟ ਚ, ਵਿਆਹ ਵੇਖੋ ਕੀ ਕਰਦਾ ਫਿਰਦਾ, ਐਂ ਕਰਕੇ ਖਲੋਤਾ ਹੁੰਦਾ, ਐਂ ਕਰਕੇ ਏਦਾਂ ਦੇ ਹੁੰਦੇ ਆ ਨਾ ਤੁਹਾਨੂੰ ਪਤਾ। ਇਸ ਕਰਕੇ ਕਿ ਉਹਨਾਂ ਦੇ ਨਾਲ ਇਤਰਾਜ਼ ਕੋਈ ਨੀ, ਉਹ ਜੋ ਮਰਜ਼ੀ ਬੋਲ ਜਾਣਗੇ ਜੋ ਮਰਜ਼ੀ, ਪਰ ਸਾਡਾ ਮਿਸ਼ਨ ਗੁਰੂ ਨਾਨਕ ਸਾਹਿਬ ਦਾ ਆ, ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਧੀਆਂ ਭੈਣਾਂ ਦਾ
ਮਲਾਪ ਦਿੱਤਾ ਵੀ ਤੁਹਾਡੀਆਂ ਧੀਆਂ ਨੇ, ਤੁਹਾਡੀਆਂ ਭੈਣਾਂ ਨੇ, ਤੁਹਾਡੀਆਂ ਮਾਵਾਂ ਨੇ, ਸਾਡਾ ਇਹ ਮਿਸ਼ਨ ਨਹੀਂ ਹੈ। ਗੱਲ ਕਹਿਣ ਦੀ ਹੈ, ਉਹਨਾਂ ਲੋਕਾਂ ਨੂੰ ਨੋਟ ਅੰਨੇ ਦਿੰਦੇ ਹਾਂ, ਉਹਨਾਂ ਲੋਕਾਂ ਦਾ ਅਸੀਂ ਬੜਾ ਅਦਬ ਕਰਦੇ ਹਾਂ। ਰਾਜੀਵ ਸਿੰਘ ਵਿਚਾਰਾ ਜੇ ਆਪੇ ਵੱਜ ਚੁੱਕੇ ਤਾਂ ਆਪੇ ਬਸ ਤਬਲਾ ਚੁੱਕ ਤੁਰਿਆ ਜਾਏਗਾ ਤਾਂ ਕੋਈ ਪੁੱਛਦਾ ਨਹੀਂ। ਭਾਈ ਪਿਆਰਿਓ, ਮੈਂ ਆਪਣੀ ਗੱਲ ਦੱਸਾਂ, ਕੱਪੜੇ ਵਿੱਚ ਵਾਜੇ ਬੰਨ ਕੇ ਅਤੇ ਸਫਰੀ ਵਾਜੇ ਮੋਢੇ 'ਤੇ ਚੱਕ ਕੇ ਬੱਸ ਉੱਤੇ ਚੜ੍ਹ ਕੇ ਜਾਂਦੇ ਸੀ। ਅੱਜ ਵੀ ਮਹਿਤਾ ਚੌਂਕ 'ਚ ਚੱਲ ਜਾਓਗੇ, ਕਦੇ ਪੁੱਛੋਗੇ ਨਾ, ਤੁਹਾਨੂੰ ਕਹਿਣਗੇ ਲੋਕ ਵੀ ਹਰਜੀਤ ਸੋਹਣੀ ਰਕਸ਼ਾ 'ਤੇ ਵੀ ਜਾਂਦੇ ਰਹੇ ਆ। ਅਤੇ ਬੱਗੀ ਹੁੰਦੀ ਸੀ ਤਾਂ ਮੈਨੂੰ ਕਿਸੇ ਨੇ ਕਹਿਣਾ, ਬਾਬਾ ਕਿੰਨੀ ਭੇਟਾ ਤੁਹਾਡੀ? ਮੈਂ ਕਹਿੰਦਾ 250 ਰੁਪਈਆ ਭੇਟਾ, ਅਤੇ 2 ਪੰਡਾਂ ਪੱਠਿਆਂ ਦੀ ਦੇ ਦੀ ਨਾਲ ਘੋੜੇ ਨੂੰ। ਬੱਗੀ ਰੱਖੀ ਹੁੰਦੀ ਸੀ, ਬਿੱਟੂ ਘੋੜਾ ਅੱਜ ਵੀ ਸੱਚੇ 'ਤੇ ਆ। ਅਸੀਂ ਉਹਨਾਂ ਨੇ ਕਹਿਣਾ, ਜਦੋਂ ਅਸੀਂ ਕੀਰਤਨ ਕਰਨਾ ਪਹਿਲਾਂ ਜੱਗ ਘੋੜੇ ਦੀਆਂ ਸਾਜ ਲਾਉਣੇ, ਘੋੜੇ ਦੇ ਸਾਜ ਜਿਹੜੇ ਹੁੰਦੇ ਆ ਲਗਾਮਾ ਲਗੂਮਾ, ਅਤੇ ਤੰਗ ਤੁੰਗ ਲਾਉਣੇ, ਅਤੇ ਅਸੀਂ ਲਾ ਕੇ ਤੁਹਾਡੇ ਉੱਥੇ ਬੰਨ ਦੇਣਾ, ਤਾਂ ਤੁਸੀਂ ਪੱਠੇ ਪਾ ਦੇਣੇ ਅਤੇ ਅਸੀਂ ਚੋਲੇ ਚਾਲੇ ਚੇਂਜ ਕਰ ਲਾਂਗੇ। ਅਸੀਂ ਚੋਲੇ ਅਗਲੇ ਦੇ ਘਰੇ ਪਾਉਣੇ ਜਾ ਕੇ, ਕਹਿਣ ਤੋਂ ਬਾਅਦ 250 ਰੁਪਈਆ ਭੇਟਾ ਅਤੇ ਨਾਲ ਪੱਠਿਆਂ ਦੀਆਂ ਪੰਡਾਂ ਲੈ ਕੇ ਆਉਂਦੇ ਸੀ। ਹਾਂਜੀ, ਅਤੇ ਘੋੜੇ ਨੂੰ ਰਜਾ ਕੇ ਲਿਆਉਣਾ, ਪਿਆ ਜੇ ਕੀਰਤਨ 'ਤੇ ਜਾਣਾ, ਜਿੱਥੇ ਅਸੀਂ ਛਕਣਾ ਤਾਂ ਤੂੰ ਛਕੀ। ਕਹਿਣ ਦੀ ਗੱਲ ਆ ਬਾਬਾ ਜੀ, ਬੜੀ ਜ਼ਿੰਦਗੀ 'ਚ ਸਟਰਗਲ ਕੀਤੀ ਆ। ਮੇਰੇ ਪਿਤਾ ਜੀ ਨੇ ਸਾਈਕਲ ਦੇ ਪਿੱਛੇ ਵਾਜਾ ਰੱਖਣਾ ਅਤੇ ਮੈਂ ਤਬਲਾ ਲੈ ਕੇ ਅੱਗੇ ਨਾ, ਫੋਟੋ ਵਾਲਾ ਰੁਮਾਲਾ ਹੁੰਦਾ ਸੀ ਨਾ, ਮੈਨੂੰ ਅੱਜ ਵੀ ਚੇਤੇ, ਫੋਟੋ ਵਾਲੇ ਰੁਮਾਲੇ ਤਬਲਾ ਬੰਨਿਆ, ਸੰਗਰਾਂਦ ਮਨਾਉਣ ਜਾਣ ਦੇ ਸਾਰੀ ਮੈਨੂੰ ਨੀਂਦ ਆ ਗਈ, ਅਤੇ ਉਹਦੀ ਗੰਢ ਖੁੱਲ ਗਈ, ਚੱਠੂ ਐਨ ਡੁੱਗੀ ਐਨ, ਮੈਨੂੰ ਚੰਗਾ ਖੜਕਾਇਆ ਪਿਤਾ ਜੀ ਨੇ, ਸੰਗਰਾਂਦ ਮੇਰੀ ਬਣਾਤੀ ਸਾਈਕਲ ਤੋਂ ਉੱਤਰਦਿਆਂ। ਗੱਲ ਕਹਿਣ ਦੀ ਹੈ ਕਿ ਇਹ ਜ਼ਿੰਦਗੀ ਜਿਹੜੀ ਨਾ ਐਵੇਂ ਨਹੀਂ ਬਣੀ ਸਾਡੀ। ਹਾਂਜੀ, ਹੁਣ ਤੁਸੀਂ ਦੇਖੋ ਵੀ ਅੱਜ ਤੁਸੀਂ ਇਸ ਮੁਕਾਮ ਤੇ ਪਹੁੰਚੇ ਹੋ, ਤੁਸੀਂ ਛੋਟੀ ਜੀ ਘਾਲਣਾ ਨਹੀਂ ਕੀਤੀ, ਬੜੀ ਵੱਡੀ ਘਾਲਣਾ ਕੀਤੀ ਹੈ ਗੁਰੂ, ਜਿਵੇਂ ਹਾਂ ਬੜੀ ਦੇਖੋ ਬੜੀਆਂ ਮਿਹਨਤਾਂ ਕੀਤੀਆਂ ਨੇ। ਮੈਂ ਤੇ ਕਦੀ ਸੋਚਿਆ ਨਹੀਂ ਸੀ ਵੀ ਮਾਲਕ ਇੰਨੀ ਦਾਤ ਬਖਸ਼ੇਗਾ, ਪਰ ਜਿੰਨੀ ਜਦੋਂ ਸਟਰਗਲ ਕੀਤੀ ਹੈ ਨਾ, ਤੇ ਫਿਰ ਦਿਲੋਂ ਕੀਤੀ ਹੈ, ਬਿਲਕੁਲ ਸੇਵਾ ਕੀਤੀ ਹੈ। ਜਿੰਨੀ ਸੇਵਾਵਾਂ ਗੁਰਸਾਹਿਬ ਨੇ ਲਾਈਆਂ ਧਰਮ ਪ੍ਰਚਾਰ ਦੀਆਂ, ਧਰਮ ਪ੍ਰਚਾਰ ਖੇਤਰ ਦਿਨ ਰਾਤ ਇੱਕ ਕੀਤਾ, ਪਰਿਵਾਰ ਨਹੀਂ ਦੇਖਿਆ, ਘਰ ਨਹੀਂ ਦੇਖਿਆ, ਆਪਣਾ ਤਨ ਨਹੀਂ ਦੇਖਿਆ, ਬੜੇ ਬੜੇ ਔਖੇ ਸਮੇਂ ਵੀ ਕੱਢੇ, ਸਾਈਕਲਾਂ ਤੇ ਵੀ ਜਾਂਦੇ ਰਹੇ ਆ, ਤੁਹਾਡੇ ਵਾਲੀ ਗੱਲ ਵੀ ਸਮੇਂ ਸਮੇਂ ਅਨੁਸਾਰ ਜੋ ਜੋ ਤਬਦੀਲੀ ਆਈ ਗਈ, ਕਿਤੇ ਸਕੂਟਰ ਮਿਲਿਆ 3-4 ਹਜ਼ਾਰ ਰੁਪਏ ਦਾ, ਉਹ ਲਿਆ, ਉਹਦੇ ਤੇ ਫਿਰ ਜਾਣਾ ਸ਼ੁਰੂ ਕੀਤਾ, ਤੇ ਚਲੋ ਅੱਜ ਮਾਲਕ ਨੇ ਭਾਗ ਲਾਏ ਨੇ, ਇਹ ਸ਼ੁਕਰੇ ਮਾਲਕ ਦਾ, ਇਹ ਉਹਦੀ ਕਿਰਪਾ ਹੈ। ਹਾਂਜੀ, ਹੁਣ ਜਿਹੜਾ ਬੰਦਾ ਕਹਿੰਦਾ ਵੀ ਰਾਗੀ 1 ਲੱਖ ਰੁਪਈਆ ਮੰਗਦੇ ਨੇ, 2 ਲੱਖ ਮੰਗਦੇ ਨੇ, ਉਹ ਜਦੋਂ ਕਹਿੰਦੇ ਜਿਹਦੇ ਕਮਲੇ ਸੇ, ਜਿਹਦੀ ਕੋਠੀ ਵਿੱਚ ਦਾਣੇ ਉਹਦੇ ਕਮਲੇ ਵਿੱਚ ਸਿਆਣੇ, ਅੱਜ ਉਹਦੀ ਕੋਠੀ ਵੀ ਹੈ, ਅੱਜ ਉਹਦੀ ਕੋਠੀ 'ਚ ਦਾਣੇ ਵੀ ਨੇ, ਅੱਜ ਉਹਦੇ ਨਿਆਣੇ ਵੀ ਟਿਕਾਣੇ ਨੇ, ਸਿੱਧੀ ਗੱਲ ਆ। ਪਰ ਉਹ ਬੰਦਾ ਜਿੱਥੇ ਬਹਿ ਕੇ ਗੱਲ ਕਰਦਾ ਨਾ, ਉਹਨੂੰ ਸੋਚ ਕੇ ਗੱਲ ਕਰਨੀ ਚਾਹੀਦੀ ਹੈ। ਤੇਰੀ ਤੇ ਯਾਰੀ ਵੱਡਿਆਂ ਦੇ ਨਾਲ ਹੈ, ਤੇ ਇਹ ਰਾਗੀ ਵਿਚਾਰੇ ਇਕੱਲੀ ਯਾਰੀ ਰੱਖਦੇ ਗੁਰੂ ਨਾਨਕ ਦੇ ਨਾਲ, ਕਿਉਂਕਿ ਸਾਡੇ ਸਭ ਤੋਂ ਪਹਿਲਾਂ ਕੀਰਤਨੀ ਕੌਣ ਨੇ? ਗੁਰੂ ਨਾਨਕ ਸਾਹਿਬ, ਠੀਕ ਹੈ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀ ਆ ਅਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਤੀਜਾ ਰੱਖਿਆ ਕਿਉਂ ਨਹੀਂ? ਕਿਉਂਕਿ ਭੇਟਾ ਨਹੀਂ ਮਿਲਦੀ, ਇਸ ਕਰਕੇ ਗੁਰੂ ਕਿਰਪਾ ਕਰੇ। ਧੰਨ ਬਾਬਾ ਨਾਨਕ, ਤੁਸੀਂ ਨਿਰੰਕਾਰ, ਤੇਰੀ ਬਦੌਲਤ ਅਸੀਂ ਇਹਨਾਂ ਕੰਟਰੀਆਂ ਦੇ ਵਿੱਚ ਆ। ਇੱਕ ਵਾਰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨਾ, ਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇਤਰ ਬੰਦ ਕਰ, ਬਗਦਾਦ ਦੀ ਆਪਣੇ ਇੱਧਰ ਬੈਠੇ, ਬਗਦਾਦ ਦੀ ਧਰਤੀ ਸੀ ਹਨਾ, ਕਾਬਲ ਦੀ ਧਰਤੀ, ਸੋਰੀ ਕਾਬਲ ਦੀ ਪਰਥੀਲੀ, ਪਰਥੀਲਾ ਪੱਥਰ ਵਾਲਾ ਇਲਾਕਾ ਸਾਰਾ ਬੈਠਾ, ਤੇ ਤਪਸ ਪੂਰੀ ਮਹਾਰਾਜ, ਕਹਿੰਦੇ ਨੇਤਰ ਬੰਦ ਕਰ, ਨੇਤਰ ਬੰਦ ਕੀਤੇ, ਕਹਿੰਦੇ ਕਿ ਸਤ ਕਰਤਾਰ, ਕਹਿੰਦਾ ਸਤ ਕਰਤਾਰ, ਨੇਤਰ ਖੋਲ ਮਰਦਾਨਿਆ, ਨੇਤਰ ਖੋਲੇ ਤੇ ਕੀ ਵੇਖਿਆ? ਸਾਹ ਧਰਤੀ ਪਈ ਹਰਿਆਵਲੀ, ਕਹਿੰਦੇ ਮਹਾਰਾਜ ਜੀ ਇੰਨੀ ਤਪਸ਼ ਤੇ ਠੰਡ, ਇਹ ਮਾੜਾ ਕਿੱਥੇ ਆ ਗਏ ਆ? ਕਹਿੰਦੇ ਰਾਏ ਭੋਈ ਦੀ ਤਲਵੰਡੀ ਆ ਮਰਦਾਨਿਆ। ਕਹਿੰਦੇ ਮਹਾਰਾਜ ਜੀ ਕਿੱਦਾਂ ਹੋਇਆ? ਕਹਿੰਦੇ ਸ਼ਬਦ ਦੀ ਬਦੌਲਤ। ਕਹਿੰਦੇ ਸ਼ਬਦ ਦੀ ਬਦੌਲਤ? ਕਹਿੰਦੇ ਸਮਾਂ ਆਵੇਗਾ, ਮੇਰਾ ਸਿੱਖ ਸ਼ਬਦ ਦੀ ਬਦੌਲਤ ਉੱਡਿਆ ਕਰੇਗਾ। ਅੱਜ ਗਿਆਨੀ ਜੀ ਤੁਸੀਂ ਵੀ ਜਹਾਜ਼ 'ਚ ਬਹਿ ਗਏ, ਤੁਹਾਡੇ ਪੱਲੇ ਸ਼ਬਦ ਆ ਤਾਂ ਆਏ ਹੋ, ਮੇਰੇ ਪੱਲੇ ਗੁਰੂ ਨਾਨਕ ਨੇ ਸ਼ਬਦ ਦਿੱਤਾ ਤਾਂ ਇਹਨਾਂ ਕੰਟਰੀ 'ਚ, ਬਾਬੇ ਦੇ ਬੋਲ ਨੇ, ਬਾਬੇ ਨੇ ਪਹਿਲਾਂ ਕੀਤਾ, ਇਹ ਸਾਰਾ ਕੁਛ ਕਰਕੇ ਵਿਖਾਇਆ
ਤੇ ਫਿਰ ਸਾਡੀ ਝੋਲੀ ਚ ਪਾਇਆ, ਅਸੀਂ ਉਹਦੀ ਬਦੌਲਤ ਆ। ਜੇ ਚੰਗਾ ਲੱਗੇ ਤੇ ਸ਼ੇਅਰ ਕਰਿਓ, ਨਾ ਚੰਗਾ ਬਿਲਕੁਲ ਸੁਣਿਓ। ਤੇ ਮੇਰੇ ਪਿਆਰੇ ਬਾਬਾ ਜੀ ਗਿਆਨੀ ਜੀ ਗਿਆਨੀ ਸਰਬਜੀਤ ਸਿੰਘ ਜੀ ਆਲਮਗੀਰ ਸਾਹਿਬ ਵਾਲੇ ਤੇ ਸਾਡੇ ਵੱਲੋਂ ਤੁਹਾਨੂੰ ਇਹੋ ਬੇਨਤੀ ਹੈ ਕਿ ਚੰਗੇ ਕੰਮਾਂ ਦੀ ਸਲਾਘਾ ਕਰਿਆ ਕਰੋ, ਇਹਨਾਂ ਕੀਰਤਨੀਆਂ ਦਾ ਧੰਨਵਾਦ ਕਰਿਆ ਕਰੋ ਜਿਹੜੇ ਨਿਰੰਕਾਰ ਦੇ ਘਰ ਤੱਕ ਤੁਹਾਨੂੰ ਲੈ ਕੇ ਜਾਂਦੇ ਨੇ। ਮੈਂ ਰਾਗੀ ਸਿੰਘ ਨੂੰ ਵੀ ਬੇਨਤੀ ਕਰਾਂਗਾ, ਤੁਹਾਡਾ ਤੋੜ ਲਿਆ ਕਰੋ, ਤੁਸੀਂ ਵੀ ਤੁਸੀਂ ਵੀ ਨਾ ਸਿੱਧਾ ਟਾਂਗਾ ਵਾਧਿਆ ਕਰੋ ਵੀ ਚਲੋ ਹੁਣ ਇਸੇ ਗਾਣੇ ਤੇ ਚੱਲਣਾ। ਨਹੀਂ ਕੁਝ ਕਹਿੰਦੇ ਵੀ ਉਸਤਾਦ ਭਾਈ ਬਲਬੀਰ ਸਿੰਘ ਕਹਿੰਦੇ ਹੁੰਦੇ ਸੀ ਜਦੋਂ ਘਿਓ ਸਿੱਧਾ ਨਾ ਪਚੇ ਤੇ ਫਿਰ ਵਿੱਚ ਰੋਟੀ ਤੋੜ ਕੇ ਵਿੱਚ ਖੰਡ ਪਾ ਕੇ ਚੂਰੀ ਬਣਾ ਕੇ ਖਾਓ ਤੇ ਫਿਰ ਘਿਓ ਵੀ ਭੱਜ ਜਾਂਦਾ ਤੇ ਸਰੀਰ ਵੀ ਸਵਸਥ ਰਹਿੰਦਾ ਤੇ ਗੁਰੂ ਦੀ ਕਿਰਪਾ ਵੀ ਹੁੰਦੀ ਹੈ। ਚੂਰੀ ਬਣਾ ਕੇ ਖਾ ਲਿਆ ਕਰੋ, ਗੁਰੂ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਸ ਦੱਬ।